कहावत भी है ना पंजाब दे जम्मै नू नित मुहिम, तो एक नवी जिहड़ी हैगी जंग पंजाब दे सिर पेश पै गई है। पिंड लखमीरियाणा जिला श्री मुक्तसर साहब हजारा एकड़ फसल जिहड़ी मुक्तसर साहब दी बर्बाद हो गई है। सौखा नहीं हुंदा अपनी जान तो प्यारी फसल नू पानी दे विच बर्बाद हुंदे देखना, पर मजबूरी है इन्हां लोकां दी भी कुछ कर नहीं सकते। वो छड थले देखो बीबिया माइया सारा पिंड जिहड़ा इकट्ठा होया है और ये आवाज़ दे रहा है, शायद कितने सरकार दे कन्नी पहुँच जाए भी साढ़े पिंड नूं जिहड़ा हैगा वह डुबण तो बचा लो। भाजी इन्ना पानी देख के डर आउंदा जिवें आपां दरिया च वड़ के आउंदे। डर तो आउंदा जी, साढ़े बच्चे ढाबे स्कूल जाते भी हट के जाणो। तां साढ़े दर्शकां ने सोचना भी ये रोजाना ही ये कित्थों दिखाउंदे इदां दे हालात, असलीयत है। सानू लुड्डियां पाउंदे लोग चंगे नहीं लगते, साढ़े कैमरे उत्थे नहीं चल सकते जिथे लोग लुड्डियां पाउण ते शराब गल नू मूँह नू ला के बोतलां ते ललकारे मारन। सानू उहदा पंजाब दिस ही नहीं रहा, सानू तां आह पंजाब दिसदा पिया मालवे दे मालवे दे दर्जना पिंड जिहड़े ने उहनां दे हालात ये है। साढ़े कैमरे इत्थे आ के चलणगे। इत्थे माता जी बैठे सी, इन्हां दी अखां विच अथरू है, रो रहे ने क्योंकि इन्हां दा घर जिहड़ा कई दिन हो गए पानी दे विच घिरिया होया। ये अथरू साथों नहीं वेखे जाते तो इस पिंड दे विच आए हुए लीडरां तो किवें देखे जाते ने जी? तुहाडे पानी आया घर च है ना? हाँ जी। किन्ने दिन हो गए पानी आए? महीना हो गया जी। महीना हो गया तुहाडे घरे पानी आए? हाँ जी, सेम नाला टुटिया सी। अच्छा। असीं भी रात नूं उठ के ना जा सके, सानूं पियां नूं घेर लिया। ਇਹ ਘਰ ਆ ਇਹਨਾਂ ਦਾ ਜਿਹੜਾ ਇੱਕ ਮਹੀਨਾ ਹੋ ਗਿਆ ਪਾਣੀ ਦੇ ਵਿੱਚ ਜਿਹੜਾ ਘਿਰਿਆ ਹੋਇਆ, ਔਰ ਮਾਤਾ ਜੀ ਮਹੀਨੇ ਹੀ ਤਾਂ ਘਰ ਪਾਣੀ 'ਚ ਖਰਾਬ ਹੋ ਗਈਆਂ ਨੇ, ਨੀਆਂ ਤੱਕ ਪਾਣੀ ਪਹੁੰਚ ਗਿਆ? ਪਹੁੰਚ ਗਿਆ ਜੀ, ਅਸੀਂ ਫਿਰ ਵੜ ਨਹੀਂ ਸਕੇ, ਨਿਕਲਿਆ ਨਹੀਂ ਜਾਂਦਾ, ਸਮਾਨ ਵੀ ਨਹੀਂ ਨਿਕਲਿਆ ਸਕਿਆ, ਉਵੇਂ ਪਿਆ ਸਾਰਾ ਕੁਛ। ਬੰਦੇ ਨੇ ਬੜੀਆਂ ਰੀਝਾਂ ਨਾਲ ਬਣਾਇਆ ਹੁੰਦਾ ਹਰੇਕ ਚੀਜ਼, ਮਨ ਦੁਖੀ ਹੁੰਦਾ ਘਰ ਵੇਖ ਵੇਖ ਕੇ ਹੋਈ ਜਾਂਦਾ ਮੇਰਾ ਮਨ ਦੁਖ। ਨਹੀਂ ਬਾਈ ਜੀ, ਅਸੀਂ ਸਮਝਦੇ ਤੁਹਾਡੀ ਹਾਲਾਤ, ਮਤਲਬ ਐਡੇ ਬੁਰੇ ਹਾਲ ਹੈ ਨਾ। ਦੇਖੋ ਚਾਰ ਵਾਰੀ ਝੋਨਾ ਲਾ ਚੁੱਕਿਆ ਜੀ, ਬਹੁਤ ਦੂਰੋਂ ਲੈ ਲਿਆ ਪਨੀਰੀਆਂ, ਠੀਕ ਹੈ ਜੀ, ਵਿਚਾਰੇ ਦੇ ਫਿਰ ਪਾਣੀ ਆ ਜਾਂਦਾ ਰੁੜ ਜਾਂਦੀ ਪਨੀਰੀ, ਫਿਰ ਪਾਣੀ ਆ ਜਾਂਦਾ ਰੁੜ ਜਾਂਦੀ ਹੈ, ਬਹੁਤ ਦੁਖੀ ਬੰਦਾ ਹੈ। ਮਤਲਬ ਛੋਟੇ ਜ਼ਿਮੀਂਦਾਰ ਦੀ ਕਹਾਣੀ ਬਹੁਤ ਦਰਦਨਾਕ ਹੈ, ਮਜ਼ਦੂਰ ਦੀ ਵੀ, ਹਰ ਇੱਕ ਬੰਦੇ ਦਾ ਜਿੰਨਾ ਨੁਕਸਾਨ ਹੋਇਆ ਦਰਦਨਾਕ, ਔਰ ਅੱਖਾਂ ਦੇ ਅੱਥਰੂ ਜਿਹੜੇ ਆ। ਬਾਈ ਜੀ ਹੌਸਲਾ ਕਰੋ, ਗੁਰੂ ਕਿਰਪਾ ਕਰੂਗਾ, ਆਪਾਂ ਵੀ ਤੁਹਾਡੇ ਨਾਲ ਅਸੀਂ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚਾਵਾਂਗੇ। ਝੋਨਾ ਦੋ ਵਾਰੀ ਲਾਇਆ ਬਾਈ? ਦੋ ਵਾਰੀ ਲਾਇਆ ਬਾਈ, ਨਰਮਾ ਸੀ ਉਹ ਵਾਹ ਕੇ ਲਾਇਆ। ਪਹਿਲਾਂ ਨਰਮਾ ਲਾਇਆ ਸੀ, ਉਹਨਾਂ 'ਤੇ ਖਰਚਾ ਕੀਤਾ, ਫਿਰ ਝੋਨੇ ਦੋ ਵਾਰੀ ਖਰਚਾ ਕੀਤਾ? ਠੇਕੇ 'ਤੇ ਪੈਲੀ ਬਾਈ ਸਾਰੀ। ਅੱਛਾ, ਆਪਣੀ ਨਹੀਂ ਜੀ ਫਿਰ? ਨਹੀਂ, 6 ਕਿੱਲੇ ਮਾਲਕੀ ਬਾਈ, ਬਾਕੀ ਠੇਕੇ ਦੇ 30-35 ਕਿੱਲੇ। ਅੱਛਾ, 25-30 ਕਿੱਲੇ, ਵੀ ਚਲੋ ਚੰਗਾ ਹੋਊਗਾ, ਬੰਦਾ ਫਾਇਦੇ ਵਾਸਤੇ ਲੈਂਦਾ, ਸਾਰੀ ਬਰਬਾਦ ਹੋ ਗਈ। ਹਾਂ, ਕਿੰਨਾ ਠੇਕਾ ਕਿੰਨਾ ਸੀਗਾ? 60,000 ਦੇ ਸਾਲ ਅੱਧਾ ਠੇਕਾ ਦੇ ਚੁੱਕੇ ਹਾਂ ਜੀ ਪਹਿਲਾਂ। ਉਹ ਆਪਦੇ ਕੋਲੋਂ ਦਿੱਤਾ? ਹਾਂਜੀ, ਕੋਲੋਂ ਵਿਆਹ ਇੱਥੇ ਚੱਕ ਕੇ। ਸਰਕਾਰ ਤੋਂ ਕੋਈ ਮੰਗ ਕੀ ਕਰਦੇ ਹੋ? ਬਸ ਜੀ, ਸਾਡੀ ਤਾਂ ਪਰਮਾਤਮਾ ਤੋਂ ਮੰਗ ਆ ਸਰਕਾਰ ਤੋਂ। ਕੋਈ ਕਿੰਨੇ ਕਰਜ਼ੇ ਥੱਲੇ ਆ ਗਏ ਤੁਸੀਂ ਇਸ ਵਾਰ? ਵੇਖੋ ਜੀ, 18-20 ਲੱਖ ਰੁਪਈਆ ਅੱਜ ਸਿਰ। ਗੁੱਡੀ ਦਾ ਆਈਲੈਟਸ ਦਾ ਪੇਪਰ ਆ ਦਿੱਤਾ ਸੀ, ਉਹਨੂੰ ਆਇਆ ਸੀ, ਉਹ ਵੀ ਹੱਸ ਗਈ ਜੀ। ਮੇਰਾ ਜੋ ਅੱਜ ਰੋਣ ਨਿਕਲੀ ਜਾਂਦਾ, ਗਰੀਬਾਂ ਦੇ ਬੱਚੇ ਵੇਖ ਕੇ ਨਿਕਲੀ ਜਾਂਦਾ, ਇਹ ਵਿਚਾਰੇ ਭੁੱਖੇ ਆ, ਪਤਾ ਨਹੀਂ ਕਿਹੜੇ ਹਾਲਾਤਾਂ ਯਾਦ ਦਾ ਟਾਈਮ ਪਾਸ ਕਰਦੇ ਹੋਣਗੇ ਸਾਡੇ। ਜ਼ਿਮੀਂਦਾਰ ਕੋਲ ਕੁਛ ਹੋਊਗਾ ਤੇ ਮਜ਼ਦੂਰ ਰਲ ਮਿਲ ਕੇ ਹੀ ਆ ਬਾਈ, ਇਹ ਤਾਂ ਇਹਨਾਂ ਕੋਲ ਤਾਂ ਵਿਚਾਰਿਆਂ ਕੋਲ ਤੂੜੀ ਦਾਣੇ ਵੀ ਹੈ ਨਹੀਂ ਵੀ ਜਿਹੜੇ ਖਾ ਲੈਣਗੇ ਪਸ਼ੂਆਂ, ਕਿਉਂਕਿ ਤੂੜੀ ਮਹਿੰਗੀ ਸੀ ਪਹਿਲਾਂ, ਵਿਚਾਰੇ ਲੈ ਨਹੀਂ ਸਕੇ, ਅੱਜ ਤੂੜੀ ਵੀ ਹੈ ਨਹੀਂ। ਹਾਲਾਤ ਵੇਖ ਕੇ ਵੀ ਜੋ ਪਸ਼ੂ ਆ ਇਹਨਾਂ ਦੇ ਕੋਈ ਦੁੱਧ ਪਾਣੀ ਇਹਨਾਂ ਕੋਲ ਵੀ ਇੰਨਾ ਹੱਥ ਹੋ ਗਿਆ, ਤੰਗ ਇਹਨਾਂ ਦਾ ਕੁਛ ਕਹਿ ਨਹੀਂ ਸਕਦੇ। ਜੋ ਮੈਂ ਘਰ ਘਰ ਜਾਂਦਾ, ਜਾ ਕੇ ਇਹਨਾਂ ਦਾ ਪੁੱਛਦਾ ਹਾਲ ਚਾਲ, DC ਸਾਹਿਬ ਕੋਲ ਮੈਂ ਖੁਦ 2 ਵਾਰੀ ਜਾਇਆ, ਅੱਜ ਤਾਂ ਸਾਡੇ ਕੋਲ ਬਸ ਪੈਟਰੋਲ ਨੂੰ ਵੀ ਪੈਸੇ ਹੈ ਨਹੀਂ ਸੀ ਵੀ ਸਾਡੇ ਪਿੰਡ ਆਓ, ਗੇੜਾ ਮਾਰ ਲਓ, ਸਾਡੇ ਹਾਲਾਤ ਵੇਖ ਲਓ, ਪਰ ਨਹੀਂ ਜੀ, ਕਿਸੇ ਨੇ ਗੱਲ ਨਹੀਂ ਸੀ। ਜਿਹੜੇ ਇਸ ਵੀਰ ਦੇ ਅੱਥਰੂ ਕੋਈ ਉੱਦਾਂ ਹੀ ਨਹੀਂ ਨਿਕਲ ਰਹੇ, ਸਿਆਸੀ ਲੋਕ ਹੁੰਦੇ ਨਾ ਵੋਟਾਂ ਦੇ ਨੇੜੇ ਆ ਕੇ, ਕਈ ਗਰੀਬਾਂ ਨਾਲ ਰੋਟੀਆਂ ਖਾਂਦੇ, ਉਹਨਾਂ ਦੀਆਂ ਝੁੱਗੀਆਂ 'ਚ ਵੀ ਰਹਿ ਜਾਂਦੇ ਆ, ਰੋਂਦੇ ਵੀ ਆ, ਝੂਠੀਆਂ ਸੱਚੀਆਂ ਸੌਹਾਂ ਖਾ ਜਾਂਦੇ, ਕਈ ਤਿਰੰਗੇ ਦੀ ਸੌਂਹ ਖਾਂਦੇ ਆ, ਕਈ ਆਪਦੀ ਮਾਂ ਦੀ ਸੌਂਹ ਖਾ ਜਾਂਦੇ ਆ ਨਾ। ਆਹ ਦੇਖੋ ਇਹਨਾਂ ਦੇ ਹਾਲਾਤ ਆ। ਕਈ ਨਵੀਂ ਸਰਕਾਰ ਆਈ ਆ ਭਗਵੰਤ ਮਾਨ ਜੀ, ਉਹ ਕਹਿੰਦੇ ਸੀ ਸਾਡੇ ਰਾਜ 'ਚ ਸਾਰੇ ਖੁਸ਼ ਹੋਣਗੇ। ਬਸ ਖੁਸ਼ ਤਾਂ ਹੈਗਾ ਹੀ ਆ ਵੀਰ ਜੀ, ਖੁਸ਼ ਹੋਏ ਭੈਣ, ਤੁਹਾਨੂੰ ਵੀ ਪਤਾ ਸਾਰੇ ਰੋਈ ਜਾਂਦੇ, ਵੱਡੇ ਕੀ ਛੋਟੇ ਕੀ, ਜਿਹਨਾਂ ਦੇ ਵਿਚਾਰਿਆਂ ਦਾ ਕੋਈ ਅੱਗੇ ਖੇਤ ਅੱਗੇ ਫਸਲ ਹੁੰਦੀ, ਕੋਈ ਨਰਮੇ ਬੂਟੀ ਦੀ, ਚੱਲ ਮੇਰੇ ਅੱਗੇ ਕੋਈ 5-7 ਸੇਬ ਚੋਗੇ ਆਉਂਦੀ, ਚੱਲ ਕੋਈ ਆਪਦਾ ਕਿ ਦਵਾਈ ਬੂਟੀ ਜੋ ਕਰੇ ਕਰ ਲੈਂਦੇ, ਹੁਣ ਕਿੱਥੋਂ ਕਰਕੇ ਉਹ ਮੈਂ ਜਵਾਕ ਨੂੰ ਵੀ ਆਖਾਂ ਭੋਰਾ ਨੂੰ। ਮਾਫ ਕਰਨਾ, ਸਾਡੇ ਬੂਹੇ ਕਿ ਕੋਈ ਆਇਆ ਹੋਵੇ ਨਾ ਲੱਜਾ ਲੈਣ, ਕੋਈ ਜਿਹੜਾ ਹੈਗਾ ਭੀਖ ਲੈਣ, ਕੋਈ ਜੋਗੀ ਜਾਂ ਕੋਈ ਹੋਰ, ਅਸੀਂ ਉਹਨੂੰ ਵੀ ਜਿਹੜੇ ਆ ਉਹ ਬਾਟਾ ਭਰ ਕੇ ਦੇ ਦਿੰਦੇ ਹਾਂ, 1.25 ਕਿਲੋ ਤਾਂ ਉਹਨੂੰ ਦੇ ਦਿੰਦੇ ਹਾਂ, ਅਤੇ ਸਰਕਾਰ ਇਹਨਾਂ ਨੂੰ ਕਿਲੋ ਕਿਲੋ ਆਟਾ ਦੇ ਰਹੀ ਹੈ। ਆਹ ਸਾਡਾ ਗੁਆਂਢੀ ਖੜਾ, ਜਦੋਂ ਮੀਂਹ ਪੈਂਦਾ
ਇਹ ਆਵਾਜ਼ਾਂ ਮਾਰਨ ਲੱਗ ਪੈਂਦੇ ਬੱਚੇ ਸਾਡੇ ਘਰ ਲਿਆਓ ਦੁੱਧ ਕਾਛਾਂ 'ਤੇ ਡਿੱਗਣ ਵਾਲੀਆਂ ਸਾਰੀਆਂ ਜੀ। ਇਹਦਾ ਕੋਠਾ ਲਿਖਿਆ ਸੀ ਨਾਂ ਇਹਦਾ ਜੀ ਕੋਠਾ ਆ ਜਿਹੜਾ ਇਹਨਾਂ ਦਾ ਹੁਣ ਮਕਾਨ ਆ ਇਹ ਪਰਮਾਤਮਾ ਤੋਂ ਡਰਦੇ ਰਹੀਏ ਆਪਣਾ ਦੀ ਹੁਣ ਗਿਰ ਜੇ। ਮਾਨ ਸਾਹਿਬ ਜੀ ਨੇ ਪਹਿਲਾਂ ਵਾਅਦੇ ਕੀਤੇ ਕਿ ਤੁਹਾਡੇ ਘਰ ਜਾ ਕੇ ਗੱਲ ਸੁਣਾਂਗੇ, ਕੁਛ ਨਹੀਂ ਮਾਨਸਾ ਅਤੇ ਸੰਗਰੂਰ ਦੇ ਵਿੱਚ ਹੀ ਉਹਨੂੰ ਮਾਨਸਾ ਅਤੇ ਸੰਗਰੂਰ ਹੀ ਦਿੱਤਾ। ਹੈਲੀਕਾਪਟਰਾਂ 'ਤੇ ਚੜ੍ਹ ਕੇ ਸਾਡਾ ਪਿੰਡ ਤਾਂ ਦਿਖਿਆ ਨਹੀਂ, ਇੱਥੇ ਪੰਨੀ ਵਾਲੇ ਮਿੱਢਾ ਗੇੜਾ ਕੱਢ ਗਿਆ। ਹਾਂਜੀ ਆਇਆ ਸੀ ਜਾਂ ਫਿਰ ਉਹਨੂੰ ਵਿਆਹ ਕਰਾਉਣ ਦਾ ਹੀ ਸੀਗਾ ਜੀ। ਤੁਹਾਡਾ ਵੀ ਮਕਾਨ ਪਾਣੀ ਦੇ ਵਿੱਚ ਡਿੱਗ ਪਿਆ ਹੈ? ਜੀ ਡਿੱਗ ਪਿਆ ਜੀ, ਛੱਤ ਡਿੱਗ ਪਈ ਸੀ, ਚਾਹ ਪੀ ਜਾਂਦੇ ਸੀਗੇ ਉਦੋਂ ਡਿੱਗ ਪਈ। ਹਾਂਜੀ ਸਵੇਰੇ ਸੀ, 7-8 ਦਾ ਟਾਈਮ ਸੀਗਾ ਤੇ ਮੇਰੇ ਬੰਦੇ ਦੀ ਬਾਂਹ ਟੁੱਟ ਗਈ ਹੈ ਜੀ ਮੇਰੇ। ਉਹ ਛੱਤ ਥੱਲੇ ਬੈਠੇ ਜਿਹੜੀ ਡਿੱਗੀ? ਹਾਂਜੀ ਵਿੱਚੇ ਸੀਗੇ, ਅਸੀਂ ਚਾਹ ਪੀ ਜਾਂਦੇ ਸੀ ਅੰਦਰ ਬੈਠੇ, ਇੱਕਦਮ ਡਿੱਗ ਪਈ ਉੱਤੇ ਆ ਕੇ ਸਾਡੇ। ਕਿਹੜਾ ਪਿੰਡ ਹਲਕਾ? ਮਲੋਟ ਪਿੰਡ। ਫਿਰ ਬੀਬੀ ਬਲਜੀਤ ਕੌਰ ਤੁਹਾਡੀ MLA ਆ, ਉਹ ਆਏ ਸੀ, ਉਹਨਾਂ ਨੂੰ ਤੁਸੀਂ ਦੱਸਿਆ ਵੀ ਸਾਡਾ ਮਕਾਨ ਡਿੱਗ ਪਿਆ? ਹਾਂਜੀ ਦੱਸਿਆ ਸੀ, ਕਹਿੰਦੇ ਸੀ ਕੋਈ ਨਹੀਂ ਅਸੀਂ ਲਿਖ ਰੱਖਿਆ ਸਾਰਾ ਕੁਛ ਹੋਇਆ ਪਿਆ। ਅੱਛਾ, ਕਹਿੰਦੇ ਬਣਾਵਾਂਗੇ? ਹਾਂਜੀ ਬਣਾਵਾਂਗੇ। ਆਸ ਹੈਗੀ ਬਣਾਉਣਗੇ? ਦੇਖੋ ਜੀ ਗਰੀਬ ਨੂੰ ਤਾਂ ਆਸ ਹੀ ਹੁੰਦੀ ਹੈ, ਜੇ ਕੋਈ ਦਿਲਾਸਾ ਦੇਵੇ ਤਾਂ ਆਸ ਹੀ ਹੋ ਜਾਂਦੀ ਗਰੀਬ ਨੂੰ ਤਾਂ। ਇੱਕ ਬਾਈ ਇੱਥੇ ਬੋਲਦਾ ਸੀ, ਕਹਿੰਦਾ ਜਦੋਂ ਗੱਡੀਆਂ ਆਉਂਦੀਆਂ ਨਾ ਲੀਡਰਾਂ ਦੀਆਂ ਅਸੀਂ ਜਵਾਕ ਮਸਾਂ ਸਾਈਡ 'ਤੇ ਕਰਦੇ ਵੀ ਥੱਲੇ ਨਾ ਦੇ ਦੇਣ, ਸਾਨੂੰ ਤਾਂ ਆਹੀ ਦਿਸਦੇ ਆ। ਜੇ ਤੁਹਾਨੂੰ ਚੰਗਾ ਲੱਗਦਾ ਸਾਡਾ ਚੈਨਲ ਸਾਡੀਆਂ ਚੀਜ਼ਾਂ ਦੇਖੋ, ਜੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ TV ਦੇ ਉੱਤੇ, YouTube ਦੇ ਉੱਤੇ, Facebook ਦੇ ਉੱਤੇ ਅਨੇਕਾਂ ਹੀ ਐਂਟਰਟੇਨਮੈਂਟ ਵਾਲੇ ਚੈਨਲ ਹੈਗੇ ਆ, ਤੁਸੀਂ ਦੇਖੋ ਇੰਜੋਏ ਕਰੋ ਲਾਈਫ ਦਾ ਚਿੱਲ ਕਰੋ, ਪਰ ਸਾਨੂੰ ਆਹ ਪੰਜਾਬ ਚੰਗਾ ਲੱਗਦਾ। ਪੰਜਾਬ ਜਿਹੜਾ ਹੈ ਉਹ ਰੋਜ਼ਾਨਾ ਜਿਹੜਾ ਕਿਸੇ ਨਾ ਕਿਸੇ ਮੁਸੀਬਤ ਨਾਲ ਘੁਲਦਾ ਹੈ, ਜਿੱਦਾਂ ਕਹਾਵਤ ਵੀ ਹੈ ਨਾ ਪੰਜਾਬ ਦੇ ਜੰਮੇ ਨੂੰ ਨਿੱਤ ਮੁਹਿੰਮਾਂ, ਤਾਂ ਇੱਕ ਨਵੀਂ ਜਿਹੜੀ ਹੈਗੀ ਜੰਗ ਪੰਜਾਬ ਦੇ ਸਿਰ ਪੇਸ਼ ਪੈ ਗਈ ਹੈ। ਪੰਜਾਬ ਨੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਨੇ, ਹੁਣ ਜਿਹੜੀ ਜੰਗ ਆ ਉਹ ਹਾਲਾਤਾਂ ਦੇ ਨਾਲ ਹੈ। ਅਸੀਂ ਇਸ ਵਕਤ ਕਿਸੇ ਦਰਿਆ ਦੇ ਵਿੱਚ ਨਹੀਂ ਹੈਗੇ, ਪਹਿਲਾਂ ਆਸੇ ਪਾਸੇ ਜਿੱਥੋਂ ਤੱਕ ਨਿਗਾਹ ਜਾਂਦੀ ਹੈਗੀ ਕੈਮਰਾ ਘੁਮਾ ਦਿਓ, ਔਰ ਟਰੈਕਟਰ ਦੇ ਉੱਤੇ ਅਸੀਂ ਜਿਸ ਟਰੈਕਟਰ ਦੇ ਉੱਤੇ ਬੈਠੇ ਹੋਏ ਹਾਂ ਇਹਦੇ ਜਿਹੜੇ ਟਾਇਰ ਨੇ ਉਹ ਸਾਰੇ ਪਾਣੀ ਦੇ ਵਿੱਚ ਡੁੱਬ ਚੁੱਕੇ ਹੈ। ਪਿੰਡ ਲਖਮੀਰੇਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ, ਪਰ ਕਿਸਾਨੀ ਜਿਹੜੀ ਹੈ ਇੱਥੋਂ ਦੀ ਲਗਾਤਾਰ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸੀਬਤਾਂ ਦੇ ਨਾਲ ਉਹ ਜੂਝਦੀ ਰਹਿੰਦੀ ਹੈ। ਹਜ਼ਾਰਾਂ ਏਕੜ ਫਸਲ ਜਿਹੜੀ ਮੁਕਤਸਰ ਸਾਹਿਬ ਦੀ ਉਹ ਬਰਬਾਦ ਹੋ ਗਈ ਹੈ, ਬਰਬਾਦ ਜਿਹੜੀ ਹੋਈ ਹੈ ਉਹ ਸਭ ਤੋਂ ਪਹਿਲਾਂ ਪਾਣੀ ਜਿਹੜਾ ਹੈਗਾ ਲਗਾਤਾਰ ਜ਼ਿਆਦਾ ਮੀਂਹ ਪੈ ਗਿਆ ਉਹਦੇ ਕਰਕੇ ਹੋਈ ਹੈ। ਮੀਂਹ ਬਹੁਤ ਜ਼ਿਆਦਾ ਪੈ ਗਿਆ, ਬੇਮੌਸਮਾਂ ਪੈ ਗਿਆ, ਔਰ ਤਕਨੀਕੀ ਕੁਛ ਖਰਾਬੀਆਂ ਜਿਹੜੀਆਂ ਇੱਧਰੋਂ ਸੇਮ ਨਾਲੇ ਸੂਏ ਜਿਹੜੇ ਕੱਢੇ ਸੀਗੇ ਉਹ ਸਹੀ ਨਾ ਹੋਣ ਕਰਕੇ ਪਾਣੀ ਜਿਹੜਾ ਪਿੰਡ ਨੂੰ ਪੈ ਗਿਆ। ਪਿੱਛੇ ਇਹ ਜਿਹੜੀ ਬਿਲਡਿੰਗ ਹੈ ਪਾਣੀ ਦੇ ਵਿੱਚ ਘਿਰੀ ਹੋਈ ਆ, ਲੋਕਾਂ ਦੇ ਘਰ ਘਿਰੇ ਹੋਏ ਨੇ, ਜਿੱਥੋਂ ਤੱਕ ਕੈਮਰੇ ਦੀ ਨਿਗਾਹ ਜਾਂਦੀ ਹੈ ਦੂਰ ਤੱਕ ਕਿਲੋਮੀਟਰ, ਹਜ਼ਾਰਾਂ ਏਕੜ ਕਿੱਲਿਆਂ ਦੇ ਕਿੱਲੇ ਜਿਹੜੇ ਆ, ਜੇ ਕਿਸੇ ਨੇ ਨਰਮਾ ਲਾਇਆ ਸੀ ਉਹ ਪਾਣੀ 'ਚ ਗਿਆ, ਜੇ ਕਿਸੇ ਨੇ ਝੋਨਾ ਲਾਇਆ ਸੀ ਉਹ ਪਾਣੀ 'ਚ ਗਿਆ, ਜੇ ਕਿਸੇ ਨੇ ਪੱਠੇ ਮੱਕੀ ਕੁਛ ਵੀ ਲਾਇਆ ਸੀ ਸਭ ਕੁਛ ਪਾਣੀ ਦੀ ਜਿਹੜੀ ਹੈਗੀ ਆ ਉਹ ਭੇਂਟ ਚੜ ਗਿਆ। ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ ਆਪਣੀ ਜਾਨ ਤੋਂ ਪਿਆਰੀ ਫਸਲ ਨੂੰ ਪਾਣੀ ਦੇ ਵਿੱਚ ਬਰਬਾਦ ਹੁੰਦੇ ਦੇਖਣਾ, ਪਰ ਮਜਬੂਰੀ ਹੈ ਇਹਨਾਂ ਲੋਕਾਂ ਦੀ ਵੀ ਕੁਛ ਕਰ ਨਹੀਂ ਸਕਦੇ। ਇਹ ਬਜ਼ੁਰਗ ਸਾਡੇ ਨਾਲ ਖਲੋਤੇ ਨੇ, ਇਹ ਨੌਜਵਾਨ ਸਾਡੇ ਨਾਲ ਖਲੋਤੇ ਨੇ, ਬੱਚੇ ਇਹਨਾਂ ਦੇ ਸਾਡੇ ਨਾਲ ਖਲੋਤੇ ਨੇ, ਉਹ ਸ਼ੈੱਡ ਥੱਲੇ ਦੇਖੋ ਬੀਬੀਆਂ ਮਾਈਆਂ ਸਾਰਾ ਪਿੰਡ ਜਿਹੜਾ ਇਕੱਠਾ ਹੋਇਆ, ਔਰ ਇਹ ਆਵਾਜ਼ ਦੇ ਰਿਹਾ ਸ਼ਾਇਦ ਕਿਤੇ ਸਰਕਾਰ ਦੇ ਕੰਨੀ ਪਹੁੰਚ ਜਾਵੇ ਵੀ ਸਾਡੇ ਪਿੰਡ ਨੂੰ ਜਿਹੜਾ ਹੈਗਾ ਉਹ ਡੁੱਬਣ ਤੋਂ ਬਚਾ ਲਓ। ਤਾਂ ਇਹ ਜਿਹੜਾ ਡੋਬੂ ਪਾਣੀ ਪਿੰਡ ਦੇ ਵਿੱਚ ਪਹੁੰਚ ਚੁੱਕਾ ਹੈ, ਕਈ ਘਰ ਜਿਹੜੇ ਹੈਗੇ ਆ ਉਹਨਾਂ ਦੀਆਂ ਛੱਤਾਂ ਜਿਹੜੀਆਂ ਪਾਣੀ ਦੇ ਵਿੱਚ ਉਹ ਡਿੱਗ ਗਈਆਂ ਨੇ। ਤਾਂ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ। ਬਾਬਾ ਜੀ ਤੁਹਾਡਾ ਨਾਮ ਕੀ ਹੈ? ਬਲਵੰਤ ਸਿੰਘ। ਉਰੇ ਆਜੋ ਜੀ। ਹਾਂਜੀ ਬਲਵੰਤ ਸਿੰਘ ਜੀ। ਹਾਂਜੀ ਇਹੀ ਪਿੰਡ ਆਪਣਾ? ਇਹੀ ਪਿੰਡ ਹੈ ਜੀ। ਬਾਬਾ ਜੀ ਇੰਨਾ ਪਾਣੀ ਦੇਖ ਕੇ ਡਰ ਆਉਂਦਾ ਜਿਵੇਂ ਆਪਾਂ ਦਰਿਆ 'ਚ ਵੜ ਕੇ ਹੁੰਦੇ? ਡਰ ਤਾਂ ਆਉਂਦਾ ਜੀ, ਸਾਡੇ ਤਾਂ ਬੱਚੇ ਢਾਬੀ ਸਕੂਲ ਜਾਂਦੇ ਉਹ ਵੀ ਹਟ ਕੇ ਜਾਣੋ। ਅੱਛਾ ਵੈਣ ਇੱਦਾਂ ਢਾਬੀ ਨਹੀਂ, ਹੋਰ ਕੋਈ ਸਾਧਨ ਨਹੀਂ ਜਾਣ ਨੂੰ ਕਿਸੇ ਪਾਸੇ। ਸਕੂਲਾਂ 'ਚੋਂ ਬੱਚੇ ਜਾਣੋ ਹਟ ਗਏ? ਹਾਂਜੀ ਜਾਣੋ ਹਟ ਗਏ ਆ। ਬਾਈ ਬਦਬੂ ਬਹੁਤ ਜ਼ਿਆਦਾ, ਹੁੰਮਸ ਬੜੀ ਜ਼ਿਆਦਾ ਹੈ। ਹਾਂਜੀ ਹਾਂਜੀ ਬਹੁਤ ਜ਼ਿਆਦਾ ਤਕਰੀਬ ਆ ਜੀ। ਤਾਂ ਹੁੰਮਸ ਬਹੁਤ ਜ਼ਿਆਦਾ ਹੈਗੀ ਸੀ, ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਬੜਾ ਨਾ ਮਤਲਬ ਦੁਖਦਾਈ ਹੈ ਸੀਨ, ਜਿਹੜੀ ਜ਼ਮੀਨ ਆ ਉਹ ਜ਼ਿਮੀਂਦਾਰ ਦੀ, ਕਿਸਾਨ ਦੀ, ਜੱਟ ਦੀ ਮਾਂ ਹੁੰਦੀ ਹੈ, ਔਰ ਜਿਹੜੀ ਫਸਲ ਹੁੰਦੀ ਹੈ ਉਹਨੂੰ ਬੱਚਿਆਂ ਵਾਂਗ ਪਾਲਦਾ। ਅੱਜ ਬੱਚਿਆਂ ਵਾਂਗ ਪਾਲੀ ਹੋਈ ਫਸਲ ਜਿਹੜੀ ਹੈ ਔਰ ਜ਼ਮੀਨ ਮਾਂ ਜਿਹੜੀ ਹੈ ਉਹ ਬਰਬਾਦ ਹੋ ਚੁੱਕੀ ਹੈ। ਉੱਧਰ ਘਰ ਦਿਖਾਇਓ, ਉਹ ਮਾਤਾ ਜੀ ਵੀ ਇੱਥੇ ਹੈਗੀ ਜਿਨ੍ਹਾਂ ਦਾ ਉਹ ਘਰ ਸੀ, ਸਾਰੇ ਦਾ ਸਾਰਾ ਜਿਹੜਾ ਘਰ ਹੈਗਾ ਉਹ ਪਾਣੀ ਦੇ ਵਿੱਚ ਜਿਹੜਾ ਉਹ ਡਿੱਗ ਚੁੱਕਾ ਹੈ, ਜਿਹੜਾ ਛੱਤਾਂ ਨੂੰ ਤਰੇੜਾਂ ਆ ਗਈਆਂ ਨੇ, ਕੰਧਾਂ ਨੂੰ ਤਰੇੜਾਂ ਆ ਗਈਆਂ ਨੇ, ਔਰ ਸਾਰਾ ਪਿੰਡ ਜਿਹੜਾ ਅੱਜ ਉਹ ਸਰਕਾਰ ਦੇ ਲਈ ਅੱਜ ਉਹ ਮਿਹਨਤ ਕਰ ਲਿਆ ਵੀ ਸਾਡੇ ਪਿੰਡ ਨੂੰ ਡੁੱਬਣ ਤੋਂ ਬਚਾ ਲਓ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਮਦਦ ਕੀਤੀ ਜਾਵੇ। ਪਿੰਡ ਲਖਮੀਰੇਆਣਾ ਦੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲਗਾਤਾਰ ਇੱਕ ਮਹੀਨਾ ਹੋ ਗਿਆ ਮਾਲਵੇ ਦੇ ਇਸ ਜ਼ਿਲ੍ਹੇ ਦੇ ਵਿੱਚ ਮੀਂਹ ਪੈਂਦਿਆਂ, ਮੀਂਹ ਤਾਂ ਕਿਤੇ ਇੱਕ ਦਿਨ ਤਗੜਾ ਪੈ ਜਾਵੇ ਅਤੇ ਜਿਹੜਾ ਹੈਗਾ ਰਾਤ ਨੂੰ ਨੀਂਦ ਨਹੀਂ ਆਉਂਦੀ। ਕੱਚੇ ਘਰ ਨੇ, ਕਿਸੇ ਦੇ ਪੱਕੇ ਘਰ ਨੇ, ਹਰ ਇੱਕ ਬੰਦਾ ਆਪਣੀ ਕਰਕੇ ਖਾਂਦਾ,
हर एक नूं चिंता बहुत आसी जदों एंट्री की इस पिंड दे विच इदां जापदा सी असीं दरिया च वड़ गए हां। पिंड नूं 6-7 राह जांदे आ, केवल इक्को ही राह चलदा जिहड़ा सुक्का राह, उहदे वी आसे पासे पाणी आ, उत्थों वी पाणी क्रॉस कर रहा तां सब नूं दिस रहा, जे नहीं दिस रहा ਉਹ ਕੇਵਲ ਤੇ ਕੇਵਲ ਮੌਜੂਦਾ ਮੌਕੇ ਦੀ ਸਰਕਾਰ ਉਹਨੂੰ ਨਹੀਂ ਦਿਸ ਰਿਹਾ, ਜਿਹੜੀ ਸਰਕਾਰ ਨੂੰ ਬੜੇ ਚਾਅ ਦੇ ਨਾਲ ਬੜੀ ਰੀਝ ਦੇ ਨਾਲ ਵੋਟਾਂ ਪਾ ਕੇ ਇਹਨਾਂ ਨੇ ਲਿਆਂਦਾ ਵੀ ਸਾਡਾ ਭਲਾ ਹੋਊਗਾ, ਕੁਝ ਬਦਲਾਅ ਆਊਗਾ। ਪਿੰਡ ਦੇ ਬਹੁਤ ਸਾਰੇ ਮਜ਼ਦੂਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ, ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਦੇ ਵਿੱਚ ਬਰਬਾਦ ਹੋ ਚੁੱਕੀਆਂ ਨੇ, ਕਿਸੇ ਕੋਲ 2 ਕਿੱਲੇ ਹੋਵੇ ਜਾਂ 20 ਕਿੱਲੇ ਹੋਵੇ ਜਾਂ ਇਸ ਤੋਂ ਵੱਧ ਵੀ ਹੋਵੇ, ਹਰ ਇੱਕ ਦੀ ਆਪਣੀ ਜੱਦੀ ਪੁਸ਼ਤੀ ਹੈ, ਮਿਹਨਤ ਕਰਕੇ ਬਣਾਈ ਜ਼ਮੀਨ ਹੈ, ਬਰਬਾਦ ਹੁੰਦੀ ਕੋਈ ਵੀ ਨਹੀਂ ਵੇਖ ਸਕਦਾ। ਘਰ ਕਿਸੇ ਦਾ ਕੱਚਾ ਹੋਵੇ ਚਾਹੇ ਪੱਕਾ ਹੋਵੇ, ਚਾਹੇ 2 ਕਮਰੇ ਹੋਣ ਚਾਹੇ ਹੁਣ 15, ਕੋਈ ਵੀ ਆਪਣੇ ਘਰ ਦੀਆਂ ਤਰੇੜਾਂ ਪਾਟੀਆਂ ਵੇਖ ਕੇ ਜਿਹੜਾ ਸੁੱਖ ਦੀਨੀ ਦੇ ਨਹੀਂ ਸੌ ਸਕਦਾ। ਇੱਥੇ ਮਾਤਾ ਜੀ ਬੈਠੇ ਸੀ, ਇਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਹੈ, ਰੋ ਰਹੇ ਨੇ ਕਿਉਂਕਿ ਇਹਨਾਂ ਦਾ ਘਰ ਜਿਹੜਾ ਕਈ ਦਿਨ ਹੋ ਗਏ ਆ ਪਾਣੀ ਦੇ ਵਿੱਚ ਘਿਰਿਆ ਹੋਇਆ। ਇਹ ਅੱਥਰੂ ਸਾਥੋਂ ਨਹੀਂ ਵੇਖੇ ਜਾਂਦੇ ਤਾਂ ਇਸ ਪਿੰਡ ਦੇ ਵਿੱਚ ਆਏ ਹੋਏ ਲੀਡਰਾਂ ਤੋਂ ਕਿਵੇਂ ਦੇਖੇ ਜਾਂਦੇ ਨੇ? ਮਾਤਾ ਜੀ ਤੁਹਾਡਾ ਨਾਮ ਜ਼ਰੂਰ ਦੱਸੋ, ਕੀ ਹੈ? ਸੁਰਜੀਤ ਆ ਜੀ। ਸੁਰਜੀਤ ਕੌਰ, ਮਾਤਾ ਜੀ ਤੁਹਾਡਾ ਜੀ, ਤੁਹਾਡੇ ਪਾਣੀ ਆਇਆ ਘਰ 'ਚ, ਹੈ ਨਾ? ਹਾਂਜੀ। ਕਿੰਨੇ ਦਿਨ ਹੋ ਗਏ ਪਾਣੀ ਆਏ? ਸਾਨੂੰ ਮਹੀਨਾ ਹੋ ਗਿਆ ਜੀ। ਮਹੀਨਾ ਹੋ ਗਿਆ ਤੁਹਾਡੇ ਘਰੇ ਪਾਣੀ ਆਏ? ਹਾਂਜੀ, ਸੇਮ ਨਾਲਾ ਟੁੱਟਿਆ ਸੀ ਤੇ ਅਸੀਂ ਵੀ ਰਾਤ ਨੂੰ ਉੱਠ ਕੇ ਨਾ ਜਾ ਸਕੇ, ਸਾਨੂੰ ਪਿਆਂ ਨੂੰ ਹੀ ਘੇਰ ਲਿਆ। ਅੱਛਾ, ਤੁਸੀਂ ਰਾਤ ਨੂੰ ਸੁੱਤੇ ਉਦੋਂ ਸੇਮ ਨਾਲਾ ਟੁੱਟਿਆ, ਘਰਾਂ 'ਚ ਪਾਣੀ ਆ ਗਿਆ ਸਿੱਧਾ? ਹਾਂਜੀ, ਅਸੀਂ ਨਾ ਬਏ ਸੀਗੇ ਤੇ ਅਸੀਂ ਇਹੀ ਗੱਲ ਸੋਚੀ ਜਾਂਦੀ ਸੀ, ਮੈਂ ਕਿਹਾ ਰਾਤ ਨੂੰ ਕਿਸੇ ਨੂੰ ਕੀ ਠਾਵਾਂ, ਅਗਲੇ ਝੋਨਾ ਲਾ ਕੇ ਆਏ ਸੀ, ਅਸੀਂ ਪਏ ਸੁੱਤੇ, ਫਿਰ ਕਿੱਥੋਂ ਜਾ ਕੇ ਆਵੇ ਜਦੋਂ ਪਾਣੀ ਆ ਗਿਆ? ਥੱਕੇ ਟੁੱਟੇ ਆਏ ਹੋਗੇ ਮਜ਼ਦੂਰੀ ਕਰਕੇ, ਹੈ ਨਾ? ਫਿਰ ਤੜਕੇ ਨੂੰ 2 ਕਿੰਨੇ ਵਜੇ ਦਾ ਟਾਈਮ ਜਦੋਂ ਪਾਣੀ ਆਇਆ? 1 ਵਜੇ ਦਾ ਰਾਤ ਦੇ, ਅੱਧੀ ਰਾਤ 1 ਵਜੇ ਪਾਣੀ ਆਇਆ ਤਾਂ ਫਿਰ ਕਮਰਿਆਂ 'ਚ ਵੀ ਵੜ ਗਿਆ ਪਾਣੀ? ਪਾਣੀ ਕਮਰਿਆਂ 'ਚ ਵੀ ਵੜ ਗਿਆ, ਮੇਰੀ ਗਵਾਂਢਣ ਆਈ ਮੇਰੇ ਇੰਨੀ, ਮੈਂ ਇਹਨੂੰ ਆਖਿਆ ਜੇ ਆਪਾਂ ਰੌਲਾ ਪਾਵਾਂਗੇ ਅਗਲੇ ਆਖਣਗੇ ਆਪਦੇ ਮਾਰੀਆਂ ਆਉਣਗੇ, ਅਸੀਂ ਇਸੇ ਕਾਣ ਮਾਰੀਆਂ ਬੋਲੀਆਂ ਹੀ ਨਹੀਂ ਦੋਨੇ। ਉਹ ਲੱਕੜਾ ਵਾਲੀ ਜਾ ਕੇ ਬਹਿ ਗਈ ਤੇ ਮੈਂ ਆਪਦੇ ਪਿੰਡ ਬਹਿ ਗਈ। ਹੁਣ ਤੁਸੀਂ ਕਿੱਥੇ ਰਹਿ ਕਿੱਥੇ ਰਹੇ ਹੋ? ਤੁਸੀਂ ਆਪਦੇ ਪਿੰਡ ਲੋਕੀਰੇ ਵਾਲੇ ਰਹਿੰਦੇ ਆ? ਅੱਛਾ, ਇਹ ਮਤਲਬ ਤੁਸੀਂ ਕਿਸੇ ਦੇ ਘਰੇ ਰਹਿ ਰਹੇ ਹੋ ਫਿਰ? ਹਾਂਜੀ, ਕਿਸੇ ਦੇ ਘਰੇ ਰਹਿੰਦੇ ਅਸੀਂ। ਅੱਛਾ, ਤੁਹਾਡਾ ਮਤਲਬ ਇੱਕ ਘਰ ਦਿਖਾ ਦਿਓ ਪਲੀਜ਼। ਅਸੀਂ ਜਿਸ ਇਸ ਛੱਡ ਥੱਲੇ ਮੰਡੀ ਦੇ ਵਿੱਚ ਖਲੋਤੇ ਉਹ ਸਾਹਮਣੇ ਘਰ ਹੈ ਜੀ, ਉਹ ਜਿਹੜੇ 2 ਕਮਰੇ ਵਾਲਾ? ਅੱਛਾ, ਉਹ ਠੀਕ ਹੈ, ਓਕੇ। ਉਹ ਵਿਚਾਲੜਾ ਘਰ ਇਹਨਾਂ ਦਾ ਹੈਗਾ, ਜ਼ੂਮ ਕਰ ਦਿਓ ਜੀ। ਇਹ ਘਰ ਆ ਇਹਨਾਂ ਦਾ ਜਿਹੜਾ 1 ਮਹੀਨਾ ਹੋ ਗਿਆ ਪਾਣੀ ਦੇ ਵਿੱਚ ਜਿਹੜਾ ਘਿਰਿਆ ਹੋਇਆ, ਔਰ ਮਾਤਾ ਜੀ ਮਹੀਨੇ ਹੀ ਤਾਂ ਘਰ ਪਾਣੀ 'ਚ ਖਰਾਬ ਹੋ ਗਈਆਂ ਨੇ, ਇੰਨੀਆਂ ਤੱਕ ਪਾਣੀ ਪਹੁੰਚ ਗਿਆ? ਹੁਣ ਪਹੁੰਚ ਗਿਆ ਜੀ, ਅਸੀਂ ਫਿਰ ਵੜ ਨਹੀਂ ਸਕੇ, ਨਿਕਲਿਆ ਨਹੀਂ ਜਾਂਦਾ, ਸਮਾਨ ਵੀ ਨਹੀਂ ਨਿਕਲ ਸਕਿਆ। ਅੱਛਾ, ਉਵੇਂ ਪਿਆ ਸਾਰਾ ਕੁਝ। ਜਦੋਂ ਤੁਸੀਂ ਇੱਥੋਂ ਆਏ ਤਾਂ ਸਮਾਨ ਵੀ ਵਿੱਚੇ ਛੱਡ ਕੇ ਆਏ? ਅਸੀਂ ਛੱਡ ਕੇ ਆਪਦੀ ਜਾਨ ਦੀ ਬਣ ਗਈ, ਮੇਰੇ ਗਲ ਗਲ ਪਾਣੀ ਆਉਂਦਾ ਸੀ। ਇੰਨਾ ਪਾਣੀ ਆ ਗਿਆ ਸੀ ਉਦੋਂ? ਗਲ ਗਲ ਪਾਣੀ ਸੀਗਾ। ਅੱਛਾ, ਉਦੋਂ ਬਾਅਦ ਫੇਰ ਘਟ ਗਿਆ ਤੇ ਉਦੋਂ ਬਾਅਦ ਫੇਰ ਮਗਰੋਂ ਆ ਗਿਆ ਜਿਆਦਾ। ਦੁਬਾਰੇ ਗਏ ਨਹੀਂ ਘਰੇ ਤੁਸੀਂ? ਨਹੀਂ, ਅਸੀਂ ਗਏ ਨਹੀਂ, ਜਦੋਂ ਵੜਨ ਨੂੰ ਥਾਂ ਹੀ ਨਹੀਂ ਜੀ। ਅਸੀਂ ਸਮਾਨ ਬੰਦੇ ਨੇ ਬੜੀਆਂ ਰੀਝਾਂ ਨਾਲ ਬਣਾਇਆ ਹੁੰਦਾ ਹਰੇਕ ਚੀਜ਼ ਕਰ, ਮਨ ਦੁਖੀ ਹੁੰਦਾ ਘਰ ਵੇਖ ਵੇਖ ਕੇ ਹੋਈ ਜਾਂਦਾ ਮੇਰਾ ਮਨ ਦੁਖੀ। ਮਾਤਾ ਜੀ ਕੋਈ ਨਹੀਂ, ਹੌਸਲਾ ਕਰੋ, ਬੜਾ ਦਰਦਨਾਕ ਆ। ਮਤਲਬ ਇਹ ਅਸੀਂ ਜਿੱਦਾਂ ਨਾ ਇਹਨਾਂ ਪਿੰਡਾਂ ਦੇ ਵਿੱਚ ਅੱਗੇ ਵੀ ਗਏ ਤੇ ਲੋਕ ਦੁਖੀ ਬੜੇ ਆ। ਮਾਤਾ ਜੀ ਜਿਵੇਂ ਜਿਹਾ ਤੁਹਾਡਾ ਘਰ ਹੋ ਜਾਂ ਸਾਡਾ ਘਰ ਆ, ਕੁਦਰਤੀ ਜਿਹੜਾ ਮਤਲਬ ਉੱਤੋਂ ਆਫਤ ਆ ਉਹਦਾ ਤਾਂ ਕੋਈ ਮੁਕਾਬਲਾ ਨਹੀਂ ਕਰ ਸਕਦਾ, ਪਰ ਸਰਕਾਰ ਇੱਥੇ ਮੰਤਰੀ ਅਸੀਂ ਸੁਣਿਆ ਆਏ ਸੀ ਬਲਜੀਤ ਕੌਰ ਆਏ ਕੋ ਅਸੀਂ ਜੀ, ਉਹਨਾਂ ਨੇ ਕੁਛ ਨਹੀਂ ਮੇਰੀ ਗੱਲ ਸੁਣੀ ਆ ਜ਼ਰੂਰ ਤੇ ਰਾਸ਼ਨ ਦੇ ਗਏ ਆ, ਕੋਈ ਗੱਲ ਨਹੀਂ। ਉਹਨਾਂ ਕਿੰਨਾ ਰਾਸ਼ਨ ਦੇ ਕੇ ਗਏ? ਕਿਲੋ, ਬਸ ਉਹਨਾਂ ਹੀ ਸੀ ਜਿੰਨਾ ਸਾਰਿਆਂ ਦੇ ਨਾਲ ਹੀ ਦਿੱਤਾ, ਕਿਲੋ ਕਿਲੋ ਹੀ। ਕੌਣ ਦੇ ਕੇ ਗਿਆ ਰਾਸ਼ਨ? ਕਿਲੋ 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 ਹੀ ਸੀਗਾ ਉਵੇਂ ਵਿੱਚ। ਬਲਜੀਤ ਕੌਰ, ਆਮ ਆਦਮੀ ਪਾਰਟੀ ਦੇ ਮੰਤਰੀ ਮਲੋੜ ਤੋਂ, ਬੀਬੀ ਬਲਜੀਤ ਕੌਰ ਜੀ, ਘਰ ਪਾਣੀ ਦੇ ਵਿੱਚ ਘਿਰਿਆ ਹੋਇਆ, 1 ਮਹੀਨਾ ਹੋ ਗਿਆ, ਕਿਲੋ ਸਵਾ 2 ਕਿਲੋ ਹੋ ਯਾਰ, 10 ਕਿਲੋ ਹੋਵੇ, 2-2.5 ਕਿਲੋ ਰਾਸ਼ਨ ਦੇ ਗਏ ਆ, ਤੇ ਹੁਣ ਇਹਨਾਂ ਕੋਠਾ ਪੈ ਜੂ? ਮਾਤਾ ਕੋਠਾ ਕੀ ਪੈਣਾ ਸੀ ਜੀ, ਕੁਛ ਵੀ ਨਹੀਂ ਪੈਣਾ, ਵੀ ਮਾੜਾ ਮੋਟੀ ਲੱਜਾ ਕਰੋ ਜੀ। ਆਪਾਂ ਕਹਿ ਨਹੀਂ ਕਿਸੇ ਨੂੰ ਨਹੀਂ ਕਿਹਾ, ਮੈਂ ਤਾਂ ਕਹਿੰਦੀ ਰੱਬਾ ਨਾ ਹੀ ਮੀਂਹ ਆਵੇ ਤੇ ਕਿਉਂ ਸਾਡੀ ਗਰੀਬਾਂ ਦੀ ਰੁਜ਼ਗਾਰ ਮਾਰਦੇ ਆ। ਜੇ ਸਾਡੇ ਪਿੰਡ 'ਚ ਫਸਲਾਂ ਹੋਣਗੀਆਂ ਤਾਂ ਅਸੀਂ ਕੰਮ ਕਰਾਂਗੇ ਤੇ ਖਾ ਲਾਂਗੇ, ਫਿਰ ਬਣਾ ਲਾਂਗੇ। ਜ਼ਿਮੀਂਦਾਰਾਂ ਦੀਆਂ ਵੀ ਫਸਲਾਂ ਬਰਬਾਦ, ਉਹਨਾਂ ਦੇ ਵੀ ਹੈ ਨਹੀਂ, ਮੰਗਣ ਨੂੰ ਜੀ ਨਹੀਂ ਕਰਦਾ ਹੁਣ ਉਹਨਾਂ ਤੋਂ, ਵਿਚਾਰਿਆਂ ਤੋਂ ਕੀ ਤੋਂ ਮੰਗਗੇ? ਜੇ ਕੰਮ ਕਰਾਂਗੇ ਉਹਨਾਂ ਤੋਂ, ਉਹਨਾਂ ਦੀ ਫਸਲ ਹੋਊ ਤਾਂ ਉਹਨਾਂ ਤੋਂ ਧੱਕੇ ਨਾ ਲੈ ਲਾਂਗੇ। ਪਰਿਵਾਰ 'ਚ ਕੌਣ ਕੌਣ ਆ ਤੁਹਾਡੇ? ਹੁਣ ਦੇਖੋ ਮਕਾਨ ਤੁਹਾਡਾ ਪਾਣੀ 'ਚ ਘਿਰਿਆ ਹੋਇਆ, ਇਹ ਬੀਬੀ ਜੀ ਦਾ ਮਕਾਨ ਡਿੱਗ ਪਿਆ ਸੀ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰਿਵਾਰ 'ਚ ਕੌਣ ਕੌਣ ਆ, ਕੀ ਉਮੀਦ ਆ ਵੀ ਕੱਲ੍ਹ ਨੂੰ ਪਰਿਵਾਰ ਜੇ ਕੋਈ ਨੁਕਸਾਨ ਹੁੰਦਾ ਮਕਾਨ ਦਾ? ਤਾਂ ਅਸੀਂ ਇੱਕ ਮੇਰਾ ਮੁੰਡਾ ਤੇ ਇੱਕ ਕੁੜੀ ਹੈ ਤੇ ਇੱਕ ਸਾਡੇ ਆਪ ਦਾ 4 ਜੀ ਅਸੀਂ। ਤੁਹਾਡੇ ਘਰ ਵਾਲੇ? ਉਹ ਵੀ ਆਪ ਹੀ ਆ ਜੀ, ਦਿਹਾੜੀ ਜਾਂਦੇ ਆ। ਅੱਛਾ, ਦਿਹਾੜੀ ਕਰਦੇ ਹੋ ਤੇ ਤੁਹਾਡਾ ਬੇਟਾ ਕਿੱਡਾ ਗਿਆ? ਸਾਡਾ ਬੇਟਾ 15 ਸਾਲਾਂ ਦਾ ਹੀ ਹੈ। ਅੱਛਾ ਜੀ, ਪੜਦਾ ਹੋਣਾ ਉਹ ਤਾਂ ਫਿਰ ਪੜਦਾ ਹੀ ਹੈ, ਛੋਟਾ ਜਿਹਾ ਹੀ ਹੈ, ਗੁੱਡੀਆਂ ਵੱਡੀਆਂ ਸੀ ਉਹ ਮੈਂ ਵਿਆਹਤੀਆਂ। ਤਾਂ ਦੇਖੋ ਦੁਖਦਾਈ ਆ, ਮਜ਼ਦੂਰ ਪਰਿਵਾਰ ਆ, ਘਰ ਜਿਹੜਾ ਪਾਣੀ 'ਚ ਘਿਰਿਆ ਹੋਇਆ, ਇੱਥੋਂ ਦੂਰੋਂ ਕੈਮਰਾ ਦੱਸਦਾ ਵੀ ਜਿਹੜੀਆਂ ਕੰਧਾਂ ਪਾੜ ਚੁੱਕੀਆਂ। ਮਤਲਬ ਸਰਕਾਰ ਇਹਨਾਂ ਵਾਸਤੇ ਕੀ ਕਰੂਗੀ? ਕਿਲੋ ਆਟੇ ਨਾਲ ਝੱਟ ਨਹੀਂ ਪੈਣਾ, ਮਾਫ਼ ਕਰਨਾ ਸਾਡੇ ਬੂਹੇ ਕੋਈ ਆਇਆ ਹੋਵੇ ਨਾ ਲੱਜਾ ਲੈਣ, ਕੋਈ ਜਿਹੜਾ ਹੈਗਾ ਭੀਖ ਲੈਣ।
पर डिग पिया सी जी, मीह बहुत तगड़ा आया सीगा 15 तरीक नूं। अच्छा 15 तो थोड़ा भी मकान पानी दे विच डिग पिया है? हां जी डिग पिया जी, छत डिग पई है। छत डिग पई सी, चाह पी जांदे सीगे असीं। अच्छा उदों डिग पई। हां जी सवेरे से 7-8 दा टाइम सीगा। अच्छा जी, तो मेरे बंदे दी बांह टुट गई है जी मेरे। ओ छत थल्ले बैठे जिहड़ी डिग्गी? हां जी विच्चे सीगे, असीं चाह पी जांदे सी अंदर बैठे। अच्छा जी, एकदम डिग पई उत्ते आ के साडे। अच्छा मेरे मोढ़ियां ते ढूई ते सट है, ओदी बांह टुट गई आपदी। अच्छा ओ छत डिगण करके उहनां दी, तो हुण इलाज वगैरह कराया उहनां ने? इलाज जी कराई जाने, बस ले जाने दवाई दवुई। प्लास्टर वगैरह लवाया होना? हां जी प्लास्टर लग्गिया होया बांह ते। किन्ने घर च किन्ने कमरे सी? तीन कमरे सी जी। अच्छा एक डिग पिया? एक दी अद्धी छत डिग पई जी, जिहड़ा साडे वाला सी ओह सारा ही डिग पिया। सारा मकान ही डिग पिया? एक पूरा डिग पिया, एक अद्धा डिग पिया, मगर एक ही रह गया जी। हां जी हां जी एक ही रह गया बस। हुण किसे दे घरे बैठे हैं जी असीं। अच्छा उन्हां दा की पता, अगले की पता कदों सानूं कह देण भी तुसीं उठ खड़ो इत्थों। हुण 2-4 दिन तो अगला कढ़ाउंदा पक्का। तो सरकार तो कोई मंग, क्योंकि देखो ना थोड़ा मिड्डा पिंड है, थोड़ा पिंड है कोई होर पिंड चर्चा च है, बाबा बलबीर सिंह भी आए सी अपने खुडियां। ये हलका तो थोड़ा मुक्सर पैंदा होना कि पिंड है? हलका मलोट पैंदा। मलोट पैंदा, फिर बीबी बलजीत कौर थोड़ी MLA है, वह आए सी, उन्होंने तुसीं दस्या भी साडा मकान डिग पिया? हाँ जी दस्या सी, कहिंदे सी कोई नहीं असीं लिख रख्या सारा कुछ होया पिया। अच्छा कहिंदे बनावांगे? हाँ जी बनावांगे। आस हैगी बनाउणगे? देखो जी गरीब नूं तां आस ही हुंदी है, जे कोई दिलासा देवे तां आस ही हो जांदी गरीब नूं तां। हाँ जी गरीब परिवार ने इन्हों दे डेढ़ कमरा डिग पिया, डेढ़ छत डिग पी, तीन कमरे से सारा ही मकान डिग पिया, इन्हों का पानी घिरिया है। होर भी इतने बीबिया बैठिया, बहुत सारे भाई भी है, मजदूर परिवार ने, बाबा जी सारे ना गलबात करांगे, सारा का दुख दर्द आ। ये पिंडां दे विच महीना हो गया, एक महीना हो गया, उदों तां इक अद्धा गेड़ा मंत्रियां मंत्रियां ने मारिया है, मतलब जदों आए मंत्री आ इन्ना इन्ना पानी खलोता, उन्होंने दिखाया भी आ देखो साडे पिंड च इन्ना पानी है। दिखाउंदे ही है जी, सारे पिंड की पंचायत सब कुछ ही दसदी है, सारा कुछ ही दिखाउंदे आ जी जी। तो पर उन्होंने सोचना तो चाहिए ना भी, जो वोटा लैनिया होंगे उदों तो गड्डिया भर भर आदि इतने, उदों तो लखमीरे वाला दिसदा जी, पर अज हुण किसी नूं भी नहीं दिसदा भी लखमीरे वाला डुब्या पिया या कोई नहीं आता इतने। बिल्कुल तो हुण कोई नहीं आता। ਤੁਸੀਂ ਤੁਹਾਡਾ ਕੀ ਨਾਮ ਹੈ? ਬਲਜੀਤ ਕੌਰ ਵੀਰ। ਤੁਹਾਡਾ ਘਰ ਕਿਹੜੇ ਪਾਸੇ ਜੀ? ਜੀ ਇਸੇ ਸੜਕ ਤੇ ਹੀ ਆ। ਤੁਹਾਡੇ ਬਚਾ ਆ ਜਾਂ ਕੋਈ ਨੁਕਸਾਨ ਹੋਇਆ? ਚੌਂਦੇ ਵੀਰੇ, ਦੋ ਕਮਰੇ ਦੋਨੇ ਚੌਂਦੇ ਆ। ਅੱਛਾ ਮੀਂਹ ਨਾਲ? ਹਾਂ ਮੀਂਹ ਨਾਲ। ਮੀਂਹ ਜ਼ਿਆਦਾ ਪੈ ਗਿਆ ਤਾਂ ਉਹ ਕਮਰੇ ਚੋਰ ਰਹੇ ਲਗਾ? ਚੌਂ ਲੈ ਰਹੇ ਆ, ਅਸੀਂ ਤਾਂ ਉਹੀ ਗੱਲ ਵੀ ਬੈਠੇ ਰਹਿੰਦੇ ਹਾਂ, ਜਦੋਂ ਮੀਂਹ ਆਉਂਦਾ ਉਦੋਂ ਬਹਿ ਕੇ ਕੱਟਦੇ ਹਾਂ ਅਸੀਂ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ, ਅੱਜ ਤੱਕ ਸਾਡਾ ਕਿਸੇ ਨੇ ਕਮਰਾ ਨਹੀਂ ਲਿਖਿਆ ਗਾ। ਅੱਜ ਜਿੱਦਾਂ ਬੀਬੀ ਬਲਜੀਤ ਕੌਰ ਮੰਤਰੀ ਉਹਨੂੰ ਲਿਖਾਇਆ ਨਹੀਂ? ਆਏ ਆਖਿਆ ਸੀ ਵੀਰ, ਉਹਨੇ ਆਂਦੇ ਕੋਈ ਨਹੀਂ ਆਖੇ ਪਟਵਾਰੀ ਭੇਜਾਂਗੇ ਤੇ ਲਿਖਾਵਾਂਗੇ। ਲੱਗਦਾ ਵੀ ਲਿਖਾਉਣਗੇ? ਉਮੀਦ ਨਹੀਂ। ਹਾਂ ਉਮੀਦ ਨਹੀਂ ਗਈ, ਸਰਕਾਰ ਆਈ ਹੈ ਇਹਨਾਂ ਤੋਂ ਉਮੀਦ ਨਹੀਂ? ਉਮੀਦ ਨਹੀਂ ਗਈ ਇਹਨਾਂ ਦੀ, ਜਿੰਨਾ ਚਿਰ ਆਪਾਂ ਨੂੰ ਬਣਦਾ ਨਹੀਂ ਕਮਰਾ ਉਨਾ ਚਿਰ ਕੀ ਉਮੀਦ ਆ। ਰਾਸ਼ਨ ਮਿਲਿਆ, ਦੋ ਦੋ ਕਿਲੋ ਮਿਲਿਆ, ਜ਼ਰੂਰ ਮਿਲਿਆ ਹੈ। ਬਹੁਤ ਦੋ ਕਿਲੋ ਕੀ ਬਹੁਤ, ਉਹ ਤਾਥਣ ਨੂੰ ਲੱਗ ਜਾਣੇ ਵੀਰੇ, 4-5 ਜੀ ਕਰਦੇ ਆ। ਉਹਨਾਂ ਨੂੰ ਕਿਹਾ ਨਹੀਂ ਵੀ ਦੇ ਨਹੀਂ ਲੱਗੇ ਕੋਈ 30-40 ਕਿਲੋ ਦਿਓ ਤੇ ਸਹੀ ਵੀਰ, ਮਜ਼ਦੂਰੀ ਵੀ ਨਹੀਂ ਕਰ ਸਕਦੇ, ਕੰਮ ਤਾਂ ਸਾਰੇ ਬੰਦ ਆ। ਬੰਦ ਦਾ ਕੰਮ ਤਾਂ ਖੇਤਾਂ 'ਚ ਤਾਂ ਪਾਣੀ ਖੜਾ, ਪਸ਼ੂ ਉਸ ਭੁੱਖੇ ਤਾਂ ਉਹ ਬਾਹਰੋਂ ਆਉਂਦਾ ਹੈਗਾ ਪੱਠਾ ਨੀਰਾ, ਹੈਂ ਉਹ ਪਾ ਕੇ ਜੂਣ ਗੁਜ਼ਾਰਾ ਕਰਦੇ ਭਰਾਵਾ। ਹੈਂ ਬਹੁਤ ਹਾਲਾਤ ਆ ਸਾਡੇ। ਬਚਾਇਆ ਘਰ ਬਾਹਰ ਦਾ? ਬਚਾ ਤਾਂ ਦੂਜਿਆਂ ਦੇ ਨਾਲ ਹੀ ਆ ਵੀਰੇ, ਅਸੀਂ ਵੀ ਬਚਾ ਕਿਹੜਾ, ਸਾਡਾ ਤਾਂ ਕਮਰਾ ਕਿਹੜੇ ਵੇ ਦਾ ਡਿੱਗਿਆ ਲਿਖੇ ਸੀ। ਸਰਕਾਰ ਤੋਂ ਵੀ ਮੰਗ ਕਰਦੇ ਹੈਗੇ? ਮੰਗ ਕਰਦੇ, ਸਾਨੂੰ ਕਮਰੇ ਦੇਣ, ਸਾਨੂੰ ਰਾਸ਼ਨ ਪਾਣੀ ਦੇਣ, ਪਾਣੀ ਦਾ ਨਿਕਾਸ ਕਰਨ ਸਾਡੇ ਦਾ, ਜੇ ਸਾਡੇ ਜ਼ਿਮੀਂਦਾਰਾਂ ਦੇ ਹੋਊਗਾ ਤਾਂ ਸਾਨੂੰ ਵੀ ਮਿਲ ਜੂਗਾ, ਜੇ ਜ਼ਿਮੀਂਦਾਰਾਂ ਦੇ ਨਾ ਹੋਇਆ ਤਾਂ ਸਾਨੂੰ ਕਿੱਥੋਂ ਮਿਲੂਗਾ, ਜੇ ਉਹ ਭੁੱਖੇ ਤਾਂ ਅਸੀਂ ਵੀ ਭੁੱਖੇ ਹੀ ਹਾਂ। ਜੀ ਬਿਲਕੁਲ, ਤਾਂ ਜੇ ਉਹ ਭੁੱਖੇ ਆ ਤਾਂ ਅਸੀਂ ਵੀ ਭੁੱਖੇ ਹੈਗੇ ਹਾਂ, ਇਹ ਗੱਲ ਜਿਹੜੀ ਹੈਗੀ ਭਰੇ ਮਨ ਨਾਲ ਬੀਬੀਆਂ ਕਹਿ ਰਹੀਆਂ ਨੇ। ਬਾਪੂ ਜੀ ਤੁਹਾਡਾ ਨਾਮ ਕੀ ਹੈ? ਬਲਵੰਤ ਸਿੰਘ ਜੀ। ਬਲਵੰਤ ਸਿੰਘ ਜੀ ਮਜ਼ਦੂਰੀ ਕਰਦੇ ਹੋਵੋਗੇ? ਮਜ਼ਦੂਰੀ ਕਰਦੇ ਜੀ, ਹੁਣ ਮਜ਼ਦੂਰੀ ਕਰੀਏ ਕਿੱਥੇ, ਕੁਛ ਰਹਿ ਨਹੀਂ ਗਿਆ, ਮਜ਼ਦੂਰੀ ਕਿੱਥੇ ਕਰੀਏ। ਆਹ ਸਾਡਾ ਗੁਆਂਢੀ ਖੜਾ, ਜਦੋਂ ਮੀਂਹ ਪੈਂਦਾ ਇਹ ਆਵਾਜ਼ਾਂ ਮਾਰ ਲੱਗ ਪੈਂਦੇ, ਬੱਚੇ ਸਾਡੇ ਘਰੇ ਲਿਆਓ, ਤੁਹਾਡਾ ਛੱਤ ਡਿੱਗਣ ਵਾਲੀਆਂ ਸਾਰੀਆਂ ਜੀ, ਕਮਰੇ ਪਾਟੇ ਪਏ ਆ, ਇਹ ਉਹਦੇ ਕੰਧ ਉੱਤੋਂ ਆਵਾਜ਼ਾਂ ਮਾਰ ਲੱਗ ਪੈਂਦੇ, ਬੱਚੇ ਸਾਡੇ ਘਰੇ ਲਿਓ। ਗੁਰਦੀਪ ਸਿੰਘ ਮੈਂਬਰ ਮੇਰਾ ਇੱਕ ਨਾਮ ਦਾ, ਘਰ ਵਾਲੇ ਨੂੰ ਤਰੰਗ ਹੋ ਗਈ ਸੀ, ਸਿਰਫ ਆਪਦਾ ਇਹ ਢਿੱਡ ਪੇਟ ਬੰਨ ਕੇ ਕਿਵੇਂ ਵੀ ਉਹਦੀ 15 ਸਾਲ ਦਵਾਈ ਉਹਦੀ ਚੱਲਦੀ ਰਹੀ, 15 ਸਾਲ ਉਹ ਵਿਚਾਰੀ ਜਿਉਂਦੀ ਰਹੀ, ਅੰਤ 'ਤੇ ਹੋ ਕੇ ਡੈਥ ਹੋ ਗਈ ਜੀ। ਇਹਦਾ ਕੋਠਾ ਲਿਖਿਆ ਸੀ, ਨਾਂ ਇਹਦਾ ਜੀ ਕੋਠਾ ਆ, ਜਿਹੜਾ ਇਹਨਾਂ ਦਾ ਹੁਣ ਮਕਾਨ ਆ, ਇਹ ਪਰਮਾਤਮਾ ਤੋਂ ਡਰਦੇ ਰਹੇ ਜੀ, ਆਪਣਾ ਦੀ ਹੁਣ ਗਿਰ ਜੇ, ਐਡੀ ਮਾੜੀ ਹਾਲ। ਹਾਂ 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 ਜੀ ਹਾਂ ਹਾਂ,
दो पोतरियां छोटियां छोटियां हाँ आ पोतरा बहुत बहुत ही नाम इन्हों की जी पहल के आधार से गल इन्हों अपने जी गीता ये थोड़ा दस घटिया हाँ इन्हों का जी क्या नाम पहल के आधार से सारे अज ये और वेख लो जी सूँ दसी जाता इन्हों के बेचारे जोड़ा कोठा से उनकी छत डिग पी है जी भी इन्हों के पलों की जी इन्हों तो सवेरे ही सारा कुछ मिलना चाहिए हाँ जी पोतरा जी करनजोत सिंह जी करनजोत सिंह क्या बात है यार नाम बड़ा सोहना थोड़ा पुत की करदा आओ बैठा ही दिहाड़ी ही जांदा बेचारा हां जी देखो की करदी हैगी ता भाई थोड़ा की नाम मेरा नाम सोनू है जी हालात पिंड दे काफी माड़े जे है खलो जो आज बुजुर्ग हाँ जी मुश्क बढ़ा रहा इधरले पासे पानी का कोई निकास या बदबू का कोई हल सरकार तो हल नहीं कोई हल नहीं किया जी साडा जिहड़ा साडे मकान लिखे आ पहला लिख जांदे आ सो कागजां दे विच ही रह जांदे आ मान साहब जी ने पहला वादे किए कि साडे घर जाके गल सुनांगे कुछ नहीं मानसा ते संगरूर दे विच ही उहनू मानसा ते संगरूर ही दीदा हैलीकॉप्टर ते चढ़ के साडा पिंड तो दिखिया नहीं इत्थे पन्नी वाले मिड्डा गेड़ा कढ गया हाँ जी आया सी जां फिर उहनू विआह करवाउंदा ही सीगा जी सरकार दा रैली की थी इत्थे वड्डे वड्डे वादे करके साडी किसी ने कोई गल नहीं सुनी ठीक है जी असी बस बहुत वड्डी आफत दे विच फसे आ सब तो पहला किसान फसे आ दूजे नंबर ते असी फसे आ सानू कोई ना कोई सहायता देन जानी मानी नुकसान बहुत होया इत्थे कोई मकाना दा सहायता देन कोई सानू मुआवजा देन जिमीदार जो बेचारा दी फसलां मर गईयां उन्होंने भी मुआवजा देन कल्ले राशन दा ही नहीं राशन 2 किलो तां 2 किलो राशन दिंदे आ जी साडे घरे 7-8 जी आ 3 दिन राशन चलूगा तो मुड़ के असं की करा साढ़े को मेहनत नहीं मजदूर हाँ पक जाता जी पक जाता हूँ सानू की करिए अस तो फसे ना कोई मजदूरी कुछ भी नहीं कर सकते औखे हालात है बंदे काफ़ी बैठे जिन्हों पुछिए हर एक कहता क्योंकि देखो किसान जोड़ा है उनकी जमीन गई उन्होंने आन डाक जो है कोई झाक नहीं भी कोई 2 रुपये आने तो मजदूर नाल कम दूगा दो वारी कई ने झोना लाया पहला नरमा लाया सी सरकार ने इस बार कहा भी नरमा लाओ पानी की बचत होवे पंजाब दे लोग चाहते हैं पंजाब दा भला होवे ग्राउंड ते चाहते हैं इन्होंने नरमा लाया इलाका वैसे भी सेम वाला नरमा लाया चलो फायदा होजू पर नरमा गया थोड़े जमीन नाल फिर झोना ला लिया वाह के जो मीह आया वह दूरी झोना गया दो वारी फसलां जिहड़ियां नुकसानियां गईयां ने हाँ जी तुसीं की नाम है जी निर्मल सिंह निर्मल सिंह जी तुसीं की कहने हो जिदा ना चलो पानी बहुत ज़्यादा खलोता ये तो हैगा कुदरती आफत भी एट ए टाइम पानी नहीं कढ़िया जा सकता एट ए टाइम किहड़े काम करने वाले जिहड़े सरकार तो तुसीं मंग करते हो जिदा बदबू हैगी मक्खियां ने पशु बीमार होए हुए मतलब सानू डाक्टरी सहायता मिलनी चाहिए पशुओं की भी बंदियां दा कैंप लगना चाहिए जी दवाइया होनी चाहिए मच्छर वाली स्प्रे होनी चाहिए है जी तो बाकी मेन तो जिहड़ा साडे पानी है जिहड़ा बहुत चिर तो आ रहा जी तो ये पानी जिहड़ा इधरों आउंदा झींड वाले तो भंगजड़ी तो यदा कोई ड्रेन इधर खुंडे वाले पास खुंडे वाली साइड कढ़ के साडा जिहड़ा पानी ये आउंदा इहनू रोकिया जाए नहीं तो साडा आए साल ही यह हाल ही होया करो जिन्ना चिर ड्रेन नहीं कोई इत्थों की इंतजाम कर दे गल तुसीं उन्हां तक जिहड़ा बीबी बलजीत कौर आए उन्होंने दसी सी नहीं असीं मिले नहीं असीं पन्नी वाले धरने ते गए सी धरना भी लग्गिया देखो पिंड कई थां ते विचारे जिहड़े हैगे उह लड़ रहे आपदा कोशिश कर रहे भी कुछ ना कुछ पिंड दा बन जाए पन्नी वाले बैठे ने कई पिंड इकट्ठे हो के भी साडे पिंडां दा पानी दा निकास होवे जे पानी इत्थों कंट्रोल नहीं हुंदा ते पिंड नूं पानी वड़ जूगा इह भाई साडे नाल लगातार पिंड दा जिहड़ा हालात दिखा रहे ने तुसीं की कहिंदे हो जिद्दां पन्नी वाले कुछ लोग बैठे आ बीबियां माईआं इत्थे बैठियां किसे दा कोठा डिग पिया किसे दा चोई जांदा न्याणे विचारे है ना की किद्दां बड़ी अजीब जी सिचुएशन आ स्मैल बड़ी आ रही है ਇਹਦਾ ਹੀ ਹੱਲ ਹੋਵੇ ਤਾਂ ਫੇਰ ਹੀ ਆਈ ਸਰਕਾਰਾਂ ਗੱਲ ਹੀ ਨਹੀਂ ਸੁਣਦੀਆਂ ਕੋਈ ਤੁਹਾਡੇ ਪਿੰਡ ਗੱਲ ਸੁਣਨ ਆਈ ਬੀਬੀ ਬਲਜੀਤ ਕੋਈ ਬਸ ਝੂਠੇ ਵਾਅਦੇ ਆ ਜੀ ਝੂਠੇ ਵਾਅਦੇ ਦੇ ਜਾਂਦੇ ਬਸ ਉਹ 2-2 ਕਿਲੋ ਆਟਾ ਦੇਤਾ ਬਹੁਤ ਕਿੱਥੇ ਉਹਦਾ ਇੱਕ ਦਿਨ 'ਚ ਪੱਕ ਜੂਗਾ ਜੀ ਮੇਰੇ ਹਿਸਾਬ 'ਚ ਮੈਂ ਹੀ ਇਕੱਲਾ ਖਾ ਜੂੰ 2 ਕਿਲੋ ਆਟਾ ਦਾ ਇੱਕ ਦਿਨ ਦਾ ਫਿਰ ਉਹਨੂੰ ਕਿਹਾ ਨਹੀਂ ਵੀ ਭਾਈ ਇੰਨੇ ਨਾਲ ਗੱਲ ਬਣਨੀ ਨਹੀਂ ਇੰਨੇ ਨੇ ਆਖਿਆ ਸੀਗਾ ਕਿ ਉਹ ਤਾਂ ਲਾਇਕ ਆਏ ਆ ਵੀ ਚੋਕ ਪਾ ਗਏ ਆ ਚੋਕ ਸਿੱਟ ਗਏ ਵੀ ਆ ਕੋਈ ਡਰੇਨ ਵੱਡੀ ਹੋਵੇ ਪਾਣੀ ਦਾ ਹੱਲ ਹੋਵੇ ਉਧਰਲਾ ਪਿਛਲਾ ਪਾਣੀ ਬੰਦ ਹੋਵੇ ਫਿਰ ਸਾਡਾ ਪਿੰਡ ਬਚੂਗਾ ਜੀ ਨਹੀਂ ਤਾਂ ਕੋਈ ਬਸ ਐਂ ਸਾਡੇ ਪਿੰਡ ਦਾ ਬੁਰਾ ਹਾਲ ਰਹੂਗਾ ਜਿੱਦਾਂ ਹੁਣ ਪਿੰਡ ਨੂੰ ਪਾਣੀ ਵੜਨ ਨੂੰ ਫਿਰਦਾ ਫਿਰ ਪਿੰਡ ਦੇ ਵਿੱਚ ਪਾਣੀ ਵੜ ਸਕਦਾ ਹੈਗਾ ਜੇ ਆ ਡਰੇਨ ਵੱਡੀ ਹੋ ਜੇ ਇੱਧਰ ਡਰੇਨ ਨਿਕਲ ਜੇ ਨਾਨਕਪੁਰੇ ਵਾਲੀ ਫਿਰ ਪਾਣੀ ਦੀ ਫਿਰ ਸਾਡੇ ਪਿੰਡ ਨਹੀਂ ਪਾਣੀ ਵੜਦਾ ਨਹੀਂ ਤਾਂ ਇਹ ਸਾਡੇ ਪਿੰਡ ਦੇ ਵਿੱਚ ਪਾਣੀ ਵੜੂਗਾ ਜੀ ਇੰਨਾ ਪਾਣੀ ਰਹੂਗਾ ਹੀ ਰਹੂਗਾ ਪਿੰਡ ਦੇ ਵਿੱਚ ਵੀ ਪਾਣੀ ਵੜ ਸਕਦਾ ਤਾਂ ਇੱਥੇ ਹੋਰ ਵੀ ਡਰੇਨ ਜੀ ਜੀ
देखो बहुत नहीं भाई जी अही समझते थोड़ी हालात मतलब एडे बुरे हाल है ना। देखो चार बार झोना ला चुके जी अच्छा। बहुत दूरों ले लिया पनीरियाँ अच्छा ठीक है जी बेचारे तो फिर पानी आ रुड़ जाती पनीरी फिर पानी आ जाता रुड़ जाती है बहुत दुखी बंदा है। किन्नी जमीन है थोड़े को 6 किले कितने थोड़ा नाम की है सुखराज सिंह है भाई सुखराज सिंह मतलब छोटे जिमीदार की कहानी बहुत दर्दनाक है मजदूर की भी हर एक बंद का जिंदा नुकसान हो दर्दनाक और अखा के अथरू जे भाई जी हौसला करूँ गुरु कृपा करूँगा अपा ही थोड़े नाल असी सरकार तक थोड़ी आवाज़ पहुँचावे पर औखा बहुत आ झोना दो बार ही लाया भाई दो बार ही लाया भाई नरमा से वह के लाए पहला नरमा लाया से उनते खर्चा किया फिर झोने दो ठेके तो पहली भाई सारी अच्छा अपनी नहीं की फिर नहीं 6 किले माल के भाई बाकी ठेके 30-35 किले परमात्मा परमात्मा तू बौड़ी कर इना भले लोगों की मालवे के लोग बहुत सिद्ध पद्धर है दिलों के साफ आ इन्हों की तू बौड़ी कर देखो सरकार आंदियां रहनिया ने पर यह इलाके के हालात जोड़े है ना इधरले 8-10 पिंड के हालात आ इस तरह के रेंदे है तो होर भी अल आसे पास जमीन बर्बाद हो हाँ जी हाँ जी मेरे नाल जिन्हें साडा एरिया खुंडे हलाल वाला सारे लखमीरिया ने पिंड का एरिया सारा खत्म है जी किसी के कोई आस नहीं गई फसल कि परिवार के 2-6 जने जी एक मेरा पापा जी तो मामी 2 बच्चे थे असं दोवें जी वेखो जी 18-20 लाख रुपया अच्छ सर गुड्डी आईलैट्स का पेपर आ दिता से हूँ आया सी वो भी हस गई जी हौसला महाराज कृपा करूँगा औखे हालात बंदा बच्चों वास्ते सब कुछ करता है ना तो भाई मतलब है ना तुम पंजाब आप रें बच्चों इसे मजबूरी फिर बहर भेज रहे भी चलो इतने तो आही है भविख भी साढ़ा ਸਾਡੇ ਜੋ ਸੁਰਤ ਸੰਭਲੀ ਅਸੀਂ ਤਾਂ ਹੀ ਕੁਛ ਵੇਖੀ ਜਾਂਦੇ ਆਪਦੇ ਹਾਲਤਾਂ 'ਚ 2 ਸਾਲ ਫਸਲ ਹੋ ਜਾਂਦੀ ਹੈ ਮੁੜ ਕੇ ਫਿਰ ਆ ਜਾਂਦੇ ਆਏ ਸਾਲ ਫਸਲ ਮਰਦੀ ਹੈ ਜੀ ਅਸੀਂ ਬਹੁਤ ਤੰਗ ਹਾਂ ਜੀ ਸਾਡੀ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਹੁਣ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਰੱਖਾਂਗੇ ਲਗਾਤਾਰ 2-3 ਸਾਲੇ ਬਾਅਦ ਦਰਦ ਹੁੰਦਾ ਤੁਹਾਡੇ ਹਾਂਜੀ ਜਦੋਂ ਮੀਂਹ ਆ ਜਾਂਦਾ ਉਤਲੇ ਤੋੜ ਦਿੰਦੇ ਆ ਪਾਣੀ ਜੀ ਸਾਡੇ ਵਾਹਣਾ ਵੀ ਵਗ ਜਾਂਦਾ ਸਾਡੇ ਲਖਮੀਰਿਆਂ ਦੇ ਬਸ ਇਹ ਹਾਲਾਤ ਆ ਹੀ ਹੁੰਦੇ ਉਹ ਬੰਦਾ ਵੀ ਅੱਜ ਬੀਬੀ ਬਲਜੀਤ ਕੌਰ ਦੇ ਕਾਫਲੇ 'ਚ ਸ਼ਾਮਿਲ ਸੀ ਜਿਹਨੇ ਸਾਡੇ ਪਿੰਡ ਨੂੰ ਪਾਣੀ ਤੜਵਾਇਆ ਇਹ ਵੀ ਕੋਲੇ ਸੀ ਜਦੋਂ ਪਾਣੀ ਤੜਵਾਇਆ ਉਸ ਬੰਦੇ ਨੇ ਮਤਲਬ ਪਿੱਛੋਂ ਜਿਹੜੇ ਪਾਣੀ ਇੱਧਰ ਨੂੰ ਭੇਜਿਆ ਤੜਵਾ ਉਹ ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਿਲ ਸੀ ਗੱਡੀ ਲੈ ਕੇ ਅਸੀਂ ਉਹਨੂੰ ਭਜਾਇਆ ਵੀ ਉੱਥੋਂ ਅੱਛਾ ਇਹ ਵੀ ਦੇਖੋ ਨਵੀਂ ਗੱਲ ਆ ਮਤਲਬ ਹੁਣ ਆਪ ਸਰਕਾਰ ਤਾਂ ਕਹਿੰਦੀ ਸੀ ਬਦਲਾਓ ਕਰਾਂਗੇ ਇਹ ਵੀ ਦੂਜਿਆਂ ਕੋ ਬਦਲਾਖੋਰੀ ਤੇ ਆ ਗਈ ਇਸ ਤਰ੍ਹਾਂ ਦੇ ਪੁੱਠੇ ਕੰਮ ਸੀ ਉਸ ਬੰਦੇ ਨੂੰ ਭਜਾਇਆ ਉਹਨੂੰ ਕਾਫੀ ਜਾਨਾਂ ਨੇ ਗਾਲਾਂ ਵੀ ਕੱਢੀਆਂ ਨਾਮ ਕੀ ਸੀ ਉਹਦਾ ਸਰ ਨਾਂ ਨਹੀਂ ਇਹਨੂੰ ਪਤਾ ਹੀ ਨਾ ਉਹਦਾ ਕੀ ਨਾਮ ਸੀ ਜੇ ਦੱਸ ਸਕੋ ਤਾਂ ਦੱਸ ਦਿਓ ਉਹਦਾ ਨਾਮ ਦੱਸ ਕੀ ਜੀ ਉਹਦਾ ਗਿਆਨੀ ਗਿਆਨੀ ਆ ਦੇ ਲਖ ਖੁੰਡੇਵਾਲ ਪਿੰਡ ਦੇ ਜੀ ਨਾਨਕਪੁਰ ਦੇ ਆਪ ਵਾਲਿਆਂ ਦਾ ਜੀ ਉਹ ਹੈਗਾ ਸਪੋਰਟਰ ਆ ਜੀ ਉਹ ਆਪ ਦਾ ਸਪੋਰਟਰ ਆ ਜਿਹਨੇ ਤੁਹਾਡਾ ਪਿੰਡ ਡਬੋਤਾ ਹਾਂਜੀ ਹਾਂਜੀ ਉਹ ਕੋਲੇ ਖੜਾ ਸੀ 2 ਵਾਰੀ ਦੇਖਿਆ ਜੀ ਖੜਾ ਕੋਲੇ ਹੁੰਦਾ ਜੀ ਉਹਨਾਂ ਦੇ ਹੁਣ ਅੱਜ ਉਹ ਨਾਲ ਆ ਗਿਆ ਅਸੀਂ ਤਹਿਸੀਲਦਾਰ ਸਾਹਿਬ ਦੀ ਮੈਂ ਖੁਦ ਆਪ ਗੱਡੀ ਸੀਗਾ ਹੱਥ ਬਨ ਬਨ ਕੇ ਬੇਨਤੀ ਕਰਦੇ ਸਾਂ ਬਈ ਨਾ ਤੜਾਓ ਅਸੀਂ ਮਰ ਜਾਾਂਗੇ ਪਰ ਉਹ ਬੰਦਾ ਅੱਜ ਸੱਚਾ ਸੁੱਚਾ ਹੋਣ ਵਾਸਤੇ ਉਹ ਆਦਾ ਬਈ ਮੈਂ ਨਹੀਂ ਤੜਾਉਂਦਾ ਸੀਗਾ ਇਹ ਤਾਂ ਲੋਕੀ ਆਪ ਦੀ ਆਪ ਤੋੜਦੇ ਕਹਿੰਦਾ ਮੇਰਾ ਤਾਂ ਲੋਕੀ ਨਾਮ ਦੇ ਨਾਮ ਕਰਦੇ ਹੁਣ ਇਹ ਪਰਮਾਤਮਾ ਨੂੰ ਪਤਾ ਵਿਚਾਰੇ ਦਾ ਵੀ ਉਹਦਾ ਕਸੂਰ ਹੈ ਜਾਂ ਨਹੀਂ ਅਸੀਂ ਇਹ ਹੁਣ ਨਹੀਂ ਕਹਿ ਸਕਦੇ ਪਰ ਅਸੀਂ ਇੱਥੋਂ ਉਹਨੂੰ ਆਖਤਾ ਵੀ ਸਾਡੇ ਹੱਥ ਬੱਧੇ ਤੂੰ ਇੱਥੋਂ ਜਾ ਵੀ ਸਾਡੇ ਪਿੰਡਾਂ ਦੀ ਸਾਰੀ ਫਸਲ ਖਰਾਬ ਕਰਤੀ ਸਾਡੇ ਗਰੀਬਾਂ ਦੀਆਂ ਬੱਚਿਆਂ ਦੇ ਮੂੰਹ 'ਚੋਂ ਰੋਟੀ ਖੋਲੀ ਉਦੋਂ ਹੁਣ ਮੇਰਾ ਜੋ ਅੱਜ ਰੋਣ ਨਿਕਲੀ ਜਾਂਦਾ ਗਰੀਬਾਂ ਦੇ ਬੱਚੇ ਵੇਖ ਕੇ ਨਿਕਲੀ ਜਾਂਦਾ ਇਹ ਵਿਚਾਰੇ ਭੁੱਖੇ ਆ ਪਤਾ ਨਹੀਂ ਕਿਹੜੇ ਹਾਲਾਤਾਂ ਜਾਂ ਆਪਦਾ ਟਾਈਮ ਪਾਸ ਕਰਦੇ ਹੋਣਗੇ ਸਾਡੇ ਕੋਲ ਜ਼ਮੀਨਦਾਰ ਕੋਲ ਕੁਛ ਹੋਊਗਾ ਅਤੇ ਮਜ਼ਦੂਰ ਰਲ ਮਿਲ ਕੇ ਹੀ ਆ ਬਈ ਇਹ ਤਾਂ ਇਹਨਾਂ ਕੋਲ ਤਾਂ ਵਿਚਾਰਿਆਂ ਕੋਲ ਤੂੜੀ ਦਾਣੇ ਵੀ ਹੈ ਨਹੀਂ ਵੀ ਜਿਹੜੇ ਖਾ ਲੈਣਗੇ ਪਸ਼ੂਆਂ ਕਿਉਂਕਿ ਤੂੜੀ ਮਹਿੰਗੀ ਸੀ ਪਹਿਲਾਂ ਵਿਚਾਰੇ ਲੈ ਨਹੀਂ ਸਕੇ ਅੱਜ ਤੂੜੀ ਵੀ ਹੈ ਨਹੀਂ ਹਾਲਾਤ ਵੇਖ ਕੇ ਵੀ ਜੋ ਪਸ਼ੂ ਆ ਇਹਨਾਂ ਦੇ ਦੁੱਧ ਪਾਣੀ ਇਹਨਾਂ ਵੀ ਇੰਨਾ ਹੱਥ ਹੋ ਗਿਆ ਤੰਗ ਇਹਨਾਂ ਦਾ ਕੁਛ ਕਹਿ ਨਹੀਂ ਸਕਦੇ ਜੋ ਮੈਂ ਘਰ ਘਰ ਜਾਂਦਾ ਜਾ ਕੇ ਇਹਨਾਂ ਦਾ ਪੁੱਛਦਾ ਹਾਲ ਚਾਲ DC ਸਾਹਿਬ ਕੋਲ ਮੈਂ ਖੁਦ 2 ਵਾਰੀ ਜਾਇਆ ਅੱਜ ਤਾਂ ਸਾਡੇ ਕੋਲ ਬਸ ਪੈਟਰੋਲ ਨੂੰ ਵੀ ਪੈਸੇ ਹੈ ਨਹੀਂ ਸੀ ਵੀ ਸਾਡੇ ਪਿੰਡ ਆਓ ਗੇੜਾ ਮਾਰ ਲਓ ਸਾਡੇ ਹਾਲਾਤ ਵੇਖ ਲਓ ਪਰ ਨਹੀਂ ਜੀ ਕਿਸੇ ਨੇ ਗੱਲ ਨਹੀਂ ਸੁਣੀ ਕੀ ਕਹੀਏ ਹੈ ਨਾ ਮਤਲਬ ਬਾਈ ਦੱਸਦੇ ਕਹਿੰਦੇ 80 ਤੋਂ ਲੈ ਕੇ 90-85 ਤੋਂ ਲੈ ਕੇ ਇਹਨਾਂ ਪਿੰਡਾਂ ਦੇ ਇਹੀ ਹਾਲਾਤ ਰਹੇ ਆ ਪਿੰਡਾਂ 'ਤੇ ਕਿਉਂਕਿ ਉਰੇ ਪਾਸੇ ਜਿਹੜੀਆਂ ਸੇਮ ਨਾਲੇ ਬਣੇ ਉਹ ਇਸ ਤਰੀਕੇ ਨਾਲ ਬਣੇ ਕਿ ਇਹਨਾਂ ਦਾ ਨੁਕਸਾਨ ਜਿਹੜਾ ਹੈਗਾ ਉਹ ਹੋਣਾ ਸੁਭਾਵਿਕ ਆ ਕੀ ਸਰਕਾਰ ਇਸ ਚੀਜ਼ ਦਾ ਪੱਕਾ ਹੱਲ ਕਰੂਗੀ ਜਾਂ ਨਹੀਂ ਕਰੂਗੀ ਇਹ ਸਿਆਣੇ ਬਣੇ ਜਿਹੜੇ ਸਵੀਰ ਦੇ ਅੱਥਰੂ ਕੋਈ ਉੱਦਾਂ ਹੀ ਨਹੀਂ ਨਿਕਲ ਰਹੇ ਸਿਆਸੀ ਲੋਕ ਹੁੰਦੇ ਨਾ ਵੋਟਾਂ ਦੇ ਨੇੜੇ ਆ ਕੇ
कई गरीबों ना रोटियां खाते उन्होंने झुग्गियां भी रह जाते हैं रोंदे भी है झूठियां सच्चियां सौहां खा जाते कई तिरंगे की सौह खाते हैं कई वो माँ की सौह खा जाते हैं ना आ देखो इन्हों के हालात आके सरकार जितों तक आवाज आती है इन्हों के हालात देखो जे निके निके न्याणे है किसानों के मजदूर के जोड़ा मध्य वर्गीय परिवार है ना वो जिन्हें उन्ने कौने होंगे कोई इन्ना भी कोई सोहना आपका रोटी पानी बस कर लेंगे इन्ना की होंगे कोई यही भी पुश्तों जोगे जोड़ी बैठे है पांच सत्त किले पैली वाला कहाँ यह जिमीदार है हाँ भी जाओ जमींदार है 6 किले पैली है हूँ की उन चो कूगा 20 लाख रुपया करजा 2 वारी कहते पहला नरमा सीगा सरकार ने कहा नरमा लाओ पानी बचाओ सोचा पंजाब का भला होगा यार नरमा ला लो चलो भला कमाई झोने तो घट ही हो नरमा ला लो पानी बचाओ पर इस बार परमात्मा ही जोड़ा है इन्हें इन्ना कहरवान हो गया तो उत्तों सरकार दिया नलैकियां अज इन्हों महीने बाद आई है सरकार सरकार के नुमाइंदे आए हैं 1.5-2 किलो आटा दे के थोनू भी आटा दे के गए नहीं असी नहीं आटा उटा लेंगे साढ़ा ही हजे भी बस यही प्रशासन को बेनती है भी साढ़ा जरा नानकपुर वाला तो चुबड़ाइल तो कच्चा रास्ता जाता भंगजड़ी पिंड में उत्थे 30-35 फुट 2 थावां तो बनाया पिया रास्ता जी कच्चा रास्ता जाता जी खड़वंजा लग्या इटा कट कट बहर हजे भी नहर जिन्ना पानी लखमीरिया ने साडे पिंड आ रहा साडे पिंड दे विच हो सकदा भी पानी वाधा नज़र आ रहा घटदा नहीं गा आ रहा जी असी तहसीलदार साहब नू सारिआं नू विखाता जी पर कहंदे आ इह जी प्रशासन पुलिस नू लिआउणा पऊ करना पऊ केरां बस वेख के ते मुड़ जांदे आ ਸਾਡੇ ਨਾਲ ਮੈਂਬਰ ਸਾਹਿਬ ਵੀ ਸੀ ਇੱਥੇ ਵਿਚਾਰੇ ਬੈਠੇ ਹੋਣਗੇ ਉਹ ਵੀ ਨਾਲ ਸੀ ਅਸੀਂ ਪਰ ਜੀ ਕਿਸੇ ਨੇ ਬਣਾਇਆ ਨਹੀਂ ਸਾਡੀ ਮਨਸ਼ਾ ਨਹੀਂ ਹੈਗੀ ਕਿ ਉਹਨਾਂ ਦੀ ਪਹੁੰਚ ਨਹੀਂ ਹੈਗੀ ਕਾਰਨ ਕੀ ਹੈ ਜਿੱਦਾਂ ਹਰ ਪਿੰਡ ਦੇ ਲੋਕ ਦੁਖੀ ਆ ਕੋਈ ਵਧਿਆ ਕੋਈ ਤੁਹਾਡੇ ਵੱਲ ਤਾਂ ਦੇਖ ਕੇ ਮੇਰਾ ਹੀ ਮਨ ਬੜਾ ਖਰਾਬ ਹੋਇਆ ਨਹੀਂ ਇਹਨਾਂ ਦੀ ਮਨ ਉਹਨਾਂ ਦੀ ਉਹਨਾਂ ਪਿਛਲੇ ਤਗੜੇ ਬੰਦੇ 500-500 ਕਿੱਲਾ 2-2 ਘਰਾਂ ਕੋਲੇ ਉਹਨਾਂ ਕੋਲੇ ਕਿਸੇ ਕੋਲ 100 ਕਿੱਲਾ ਕਿਸੇ ਕੋਲ ਕਿੰਨਾ ਸਾਡੇ ਜੀ ਇੱਥੇ 5-6 ਕਿੱਲਿਆਂ ਦੀ ਕਿੱਥੇ ਸੁਣਵਾਈ ਹੁੰਦੀ ਆ ਉਹ ਵਾਲੇ ਚੰਦੇ ਦਿੰਦੇ ਆ ਸਾਡੇ ਕੋਲ ਹੈ ਨਹੀਂ ਇਹ ਕੁਛ ਸਾਡੇ ਗਰੀਬਾਂ ਕੋਲ ਵੀ ਇਹ ਕੁਛ ਹੈ ਨਹੀਂ ਵੀ ਅਸੀਂ ਰਲ ਕੇ ਹੀ ਸਾਰੇ ਚੰਦਾ ਇੱਕ ਹੀ ਇਕੱਠਾ ਕਰਕੇ ਦੇ ਦਈਏ ਸਾਡੇ ਕੋਲ ਤਾਂ ਇੱਕ ਨੂੰ ਵੀ ਪਹੁੰਚ ਹੈ ਨਹੀਂ ਕਿਸੇ ਕੋਲ ਕੁੱਲ ਕਿੰਨੀ ਜ਼ਮੀਨ ਹੈ ਸਾਡੇ ਪਿੰਡ ਦੀ ਹੈਗੀ ਹੈ ਜੀ 1500-2 ਕਿੱਲੇ ਦੇ ਲਾਗੇ ਪਾਗੇ 1050 ਕਿੱਲੇ ਪੁੰਡ ਦੀ ਪੂਰੀ ਜ਼ਮੀਨ ਹਾਂ ਜੀ ਇੱਕ ਮੋਗੇ ਤੇ 350 ਕਿੱਲਾ ਇੱਕ ਤੇ 700 ਕਿੱਲਾ ਜੀ ਅੱਛਾ ਹਾਂ ਜੀ ਜਿਹੜੀ ਵਿੱਚੋਂ ਜੀ ਕਿੰਨਾ ਆਉਂਦਾ ਤਕਰੀਬ ਅੱਧ ਤੋਂ ਬਾਹਲੀ ਵੀ ਜਿੱਥੇ ਸੌਣੀ ਦੀ ਅਤੇ ਹਾੜੀ ਦੀ ਫਸਲ ਦੀ ਕੋਈ ਆਸ ਨਹੀਂ ਹੁੰਦੀ हाँ जी तो जिहड़ा हैगा जी पिंड वो तो जी आप जिवें आखदे ना भी पलां दी तां जिमीदार दा ते गरीब दा तां विचारे दा हुंदा ही आ उहदे कोई उहदे मकान दे कोई नां दे कोई उहदे पासे कोई उहनूं सपोर्ट नहीं कोई कुछ नहीं सब गिरिया पिया हाँ जी हाँ सानूं हाँ पंजा सानू जी सरकार तो 50,000 रुपये दिखना आंदा घट्टो घट्ट सानू मुआवजा मिलना चाहिए हाँ बचा होगा सानू कोई बैंक वाला ना किसी गरीब नू ना किसी नू कोई साथों आस ना रखे भी सानू एक किस्त देगा जो लिमिट वाला जो भी है जो साथों आ सारे तो घिरे हुए हैं जी बहुत औखे जवाकों के कमरे एडा पानी ना खड़ा ਆ ਕੱਚੇ ਪਾਏ ਆ ਹੁਣ ਉਹਨੇ ਵਿਚਾਰੇ ਨੇ ਛੋੜੇ ਨੇ ਵੱਡਿਆਂ ਨੇ ਮਾਰੇ ਵਾਹਵਾ ਉਹੀ ਪਾਈ ਆ ਜਿਹੜਾ ਪਾਣੀ ਖੜੋ ਪੜ ਜਾਣਗੇ ਉਹ ਕਿੱਥੇ ਖੜਦੇ ਆ ਹੁਣ ਇੱਕ ਬਸ ਆਹ ਵੀ ਜਿਵੇਂ ਆਪਾਂ ਇੱਥੇ ਖੜੇ ਹਾਂ ਘਰੇ ਜ਼ਰੂਰ ਬੈਠੇ ਹਾਂ ਉਹ ਜਵਾਕ ਨੂੰ ਆ ਕੇ ਕਹਿਦਾ ਹੁਣ ਫੜ ਫੜ ਕੇ ਹੁਣ ਪਾਇਆ 2 ਮਹੀਨੇ ਹੋ ਗਏ ਉਹ ਕਹਿਦਾ ਹੁਣ ਭਾਈ ਇੱਥੇ ਕਦੇ ਜਿਹਦੇ ਦੇਣੇ ਆ ਉਹਨੇ ਵੀਰ ਜੀ ਮੰਗਣੇ ਹੀ ਆ ਉਹ ਅਗਲਾ ਮੇਰੇ ਚੱਲ ਮੇਰਾ ਮੈਨੂੰ ਪੈਸੇ ਦੇ ਕਿੱਥੋਂ ਮੋੜੇ ਤੁਸੀਂ ਵੀ ਸਿਆਣੇ ਹੋ ਜੇ ਇਹਨਾਂ ਦੇ ਵਿਚਾਰਿਆਂ ਨੇ ਹੋਣਗੇ ਤਾਂ ਸਾਨੂੰ ਦੇਣਗੇ ਜੇ ਇਹਨਾਂ ਨੇ ਔਖਾ ਨਾ ਤਾਂ ਸਾਡੇ ਦਰਸ਼ਕ ਆਉਂਦਾ ਕਿ ਗੱਟ ਰੋਕਦੇ ਆ ਜਵਾਕਾਂ ਨੂੰ ਵੇਖ ਕੇ ਉਹਦੇ ਵਿਚਾਰੇ ਕੁੱਲ ਨੂੰ ਪੁੱਛ ਲਓ 3 ਗੁੱਡੀਆਂ ਛੋਟੀਆਂ ਛੋਟੀਆਂ 6 ਮਹੀਨੇ ਹੋ ਗਏ ਇਹਨਾਂ ਦੇ ਡੈਡੀ ਮੁੱਕੇ ਨੂੰ ਮਾਇਆਂ ਤਾਂ ਆਪ ਵੱਜੋ ਰੋਟੀਆਂ ਠੀਕ ਹੈ ਪਤਾ ਵੀਰ ਕੀ ਆਉਂਦੀ ਆ ਸਰਕਾਰਾਂ ਦੀ ਵੀ ਪਹਿਲਾਂ ਬੰਦੇ ਦਾ ਕਮਰਾ ਡਿੱਗੇ ਤਾਂ ਬੰਦਾ ਹੇਠਾਂ ਆਵੇ ਤਾਂ ਕਮਰਾ ਬਾਅਦ 'ਚ ਦੇਵਾਂਗੇ ਜਦੋਂ ਬੰਦਾ ਮਾਰੇ ਉਹਨਾਂ ਨੂੰ ਕਿਹੜਾ ਮਿਲ ਗਿਆ ਉਹਨਾਂ ਨੂੰ ਨਹੀਂ ਜਦੋਂ ਬੰਦਾ ਮਾਰੇ ਗਿਆ ਹੇਠਾਂ ਕੇ ਉਹਨੇ ਕਮਰਾ ਵੀ ਕੀ ਕਰਨਾ ਬਾਅਦ 'ਚ ਹੈਂ ਤੇ ਗਰੀਬ ਨੂੰ ਤਾਂ ਇਹੀ ਆ ਵੀ ਜਿਹੜੇ ਚਾਹੁੰਦੇ ਆ ਜਾਂ ਪਾਟੇ ਆ ਸਾਨੂੰ ਕਮਰੇ ਮਿਲਣੇ ਚਾਹੀਦੇ ਆ ਨਵੀਂ ਸਰਕਾਰ ਆਈ ਆ ਭਗਵੰਤ ਮਾਨ ਦੀ ਉਹ ਕਹਿੰਦੇ ਸੀ ਸਾਡੇ ਰਾਜ 'ਚ ਸਾਰੇ ਖੁਸ਼ ਹੋਣਗੇ ਬਸ ਖੁਸ਼ ਤਾਂ ਹੈਗਾ ਹੀ ਆ ਵੀਰ ਜੀ ਖੁਸ਼ ਹੋਏ ਪਏ ਤੁਹਾਨੂੰ ਵੀ ਪਤਾ ਸਾਰੇ ਰੋਈ ਜਾਂਦੇ ਵੱਡੇ ਕਿ ਛੋਟੇ ਕਿ ਜੇ ਇਹਨਾਂ ਦੇ ਵਿਚਾਰਿਆਂ ਦਾ ਕੋਈ ਅੱਗੇ ਖੇਤ ਅੱਗੇ ਫਸਲ ਹੁੰਦੀ ਕੋਈ ਨਰਮੇ ਫੁੱਟੀ ਦੀ ਚੱਲ ਮੇਰੇ ਅੱਗੇ ਕੋਈ 5-7 ਸੇਬ ਚੋਗੇ ਆਉਂਦੀ ਚੱਲ ਕੋਈ ਆਪਦਾ ਕਿ ਦਵਾਈ ਬੂਟੀ ਜੋ ਕਰੇ ਕਰ ਲੈਂਦੇ ਹੁਣ ਕਿੱਥੋਂ ਕਰਕੇ ਉਹ ਮੈਂ ਜਵਾਕ ਨੂੰ ਕੀ ਆਖਾਂ ਭੋਰਾ ਨੂੰ ਉਹ ਤਾਂ ਆਪਦਾ ਹੀ ਅੱਗੇ ਕਹਿੰਦਾ ਹੁਣ ਪਰਿਵਾਰ ਵੱਡਾ ਬੱਚਾ ਹੈਗਾ 3 ਗੁੰਡੀਆਂ ਦੇਣੀਆਂ ਤਾਂ ਸਾਡੇ ਦਰਸ਼ਕਾਂ ਨੇ ਸੋਚਣਾ ਵੀ ਇਹ ਰੋਜ਼ਾਨਾ ਹੀ ਇਹ ਕਿੱਥੋਂ ਦਿਖਾਉਂਦੇ ਆ ਇੱਦਾਂ ਦੇ ਹਾਲਾਤ ਅਸਲੀਅਤ ਹੈ ਸਾਨੂੰ ਲੁੱਡੀਆਂ ਪਾਉਂਦੇ ਲੋਕ ਚੰਗੇ ਨਹੀਂ ਲੱਗਦੇ
साढ़े कैमरे उत्थे नहीं चल सकते जिथे लोग लुडियां पाउण ते शराब गल नूं मूँह नूं ला के बोतलां ते ललकारे मारन सानूं उह जिहा पंजाब दिस ही नहीं रहा सानूं तां आह पंजाब दिसदा पिया मालवे दे मालवे दे दर्जना पिंड जिहड़े ने उहनां दे हालात इह आ साढ़े कैमरे इत्थे आ के चलणगे मिड्डे च बाबा जी दे छत डिगी असीं तुहानूं दिखाया सीगा हैना एक माता होर आउण दे मतलब दर्जना मजदूर परिवारां दे कमरे चोई जांदे आ जिहड़े किसान आ उहनां दी फसल बर्बाद हो गई माफ़ी चाहना शब्द वरतने नहीं चाहिए रस्सा चेते आता उन्होंने लोग खुदकुशियां करते पे आ बिल्कुल नहीं साडा इतिहास इस गल की गवाही भरता करनिया सुपने च भी नहीं करनिया चाहिए ना ही साडा इतिहास कहिंदा पर मरदे करनगे की है सरकार तो उत्थों आउंदी है बत्तियां लगियां वो कहिंदे सी एक बाई इत्थे बोलदा सी कहिंदा जदों गड्डियां आउंदियां ना लीडरां दियां ऐं जवाक मसां साइड ते करदे भी थल्ले ना दे देन सानूं तां आही दिसदे आ जे तुहानूं चंगा लगदा साडा चैनल साडियां चीज़ां देखो जे तुहानूं नहीं चंगीआं लगदियां टीवी के उत्ते यूट्यूब के उत्ते फेसबुक के उत्ते अनेक ही एंटरटेनमेंट वाले चैनल हैगे है तुसीं देखो इंजॉय करो लाइफ का चिल करो पर सानू आ पंजाब चंगा लगता जिहड़ा दर्द इस वक्त इन्हां दे मनां दे विच भरिया होया बाई सियाने बैणे आ जिहड़ा भुब्बा मार के रोया गच भर आउंदा इन्हां दे हालात देख के जिद्दां माई कहिंदी भी पुत सी उह कुछ महीने पहलां उहदी डैथ हो गई निक्के निक्के जवाक आ ना मतलब ये हालात पंजाब दे बणे किवें पंजाब दे विच काश उह राज हुंदा साडे सिख राज की गल करिए महाराजा रणजीत सिंह दा राज जिंदे राज दे विच कोई भुखा नहीं सी सौंदा आफतां उदों भी आउंदियां होणगियां ये नहीं भी उदों कितें सदा ही चढ़दी गल आफतां उदों भी आउंदियां होणगियां पर राजा उह राज करदा शोभदा जिंदे राज दे विच प्रजा सुखी होवे ते सुख की नींद सवे जिन्हां दे घरां च 8-8 फुट पानी आ इन्हां नूं नींद नहीं आउंदी इन्हां नूं किहड़े राजे की चंगी गल लगनी आ ठीक है ना राजा उही राज करदा सोभदा जिंदे राज दे विच प्रजा सुख की नींद सोवे ते फिर जे राजा दे जहाजां दे उत्ते हूटे लवे पहलां वालिआं ने भी इह कुछ कीता अकाली दल दे विच भी लोग भुब्बा मार मार रोंदे रहे आ कुरलाउंदे रहे आ उहनां दीआं जिहड़ीआं प्रॉपर्टियां सीआं 5 सालां बाद कई गुणा वध गईआं कैप्टन ने जा सीता दे फल खाधे वड्डे वड्डे फार्म बना ले और चन्नी आया 111 दिन कहिंदा सी मैं गरीबां दा मुख्यमंत्री आ उन तों वी लोग संतुष्ट नहीं होए लोगों ने बड़ा वड्डा बदलाव लिआंदा 92 सीटां आम आदमी पार्टी नूं दित्तियां भी लो यार तुसीं आ जाओ भगवंत सिंह मान इत्थे आया ही ना एक वारी आया मिड्डे पिंड चों टप्पिया असीं भी सी उत्थे आही कैमरा आही माइक सी मैनूं लग्गिआ यार चंगा होया भगवंत मान आया पर भेजिआ इत्थे की आ लोगों वास्ते किलो किलो आटा जिहड़ा न्याणा ही खा जूगा किलो आटे चों किन्नीआं रोटियां पकदीआं तुसीं वी जाणदे हो किलो आटे नाल झट नहीं पैणा इहनां दा भगवंत मान ने उत्थे कहा सी भी साडे कोले कुदरती आफतां दे नाल नजिठण वास्ते भी फंड हैगे आ भगवंत मान जी किहड़ी बीबी दे पर्स च पा के रख ले तुसीं करजा लै लो इस कम वास्ते मशहूरियां देई जाने बाकी स्टेटां दे विच अखबारां दे विच भी असी जिहड़ा हैगा पेपरलैस बजट पास कीता जी असी इन्नियां कोठियां खाली छडालियां जी असी इन्नियां जिहड़ियां शामल आटा खाली शाबाशे तुहाडा चंगा कीता पर इहनां नूं डुब्बणों बचा लो इहनां नूं मरनों बचा लो भगवंत मान जी इहनां दी आवाज़ आ और साडी आवाज़ भी इहनां दे नाल ही है पंजाब के टीवी की आवाज़ भी इन्हों के नाल ही असी ता ही सोभदे हाँ आ माइक हाथ फड़ी फिरते जे लोग सुख की नींद सौन जे कल इतों फोन आ रहे रब ना करे इन्हों का कोई नुकसान हो गया कैदी छत जिदा बीबी दसदी सी उन्हें घर वाले की बांह टुट गई जे इतों इस तरह के फोन आने असी अपने इलाके दियाँ इस तरह दबर करा तो असी भी किदा खुश होवे असी चाहते हाँ असी खुशहाल भरिया खबर करिए जे साडा इलाका खुशहाल होगा साडा देश मालवा खुशहाल होगा तो सानू भी चंगा लगेगा हो किवें सकता बहुत सारे काम करने वाले जिहड़ा मगर पानी खलोता 8-8, 9-9, 10-10 फुट कई थाएं खलोता होया जिहड़ा तुसीं देख सकते हो जिहड़ा पानी है वह जिहड़े खंभे हैगे आ वह सिर्फ 5-5 फुट ही दिसदे आ 18-18 फुटे खंभे वह सारा पानी समा ला के निकलूगा असीं भी मन्नदे पर घट्टो घट इन्हां नूं खाण वास्ते कोई राशन इन्हां दे कुछ जिहड़ा हैगा पशुआं तों इन्हां नूं मच्छर तों बचाउण वास्ते कुछ ना कुछ आरजी प्रबंध कीते जा सकते हैं ना मीह दे करके जिहड़ा हालात बहुत खराब ने असीं तुहानूं दिखा रहे हैं पिंड लखमीरियाणा दे हालात तां असीं स्कूल दे विच खलोते होए आ इस स्कूल दी बाहरी जिहड़ी कंध आ चार दीवारी आ पहलां इहदे हालात दिखा दिओ तां कि जिहड़ा सामणियां कंधां दे उत्ते तिन रंगा जिहड़ा हैगा वह रंग जिहड़ा वाह के भारती तिरंगा वाह के उत्ते लिखिआ पढ़ो सारे वधो सारे तां किस तरह वधणगे सारे किस तरह पढ़नगे सारे कि इस छप्पड़ दे विच रहि के वधणगे जां पढ़नगे आ पहलां चार दीवारी जिहड़ी आ मीह दे करके डिग चुकी आ और पहलां ही हालात जिहड़े पिंड दे स्कूल दे बहुत खराब सी एक खास चीज़ जिहड़ी हैगी आ असीं उह भी तुहानूं दिखावांगे इस स्कूल दा ग्राउंड है तां सानूं पिंड दे जिहड़े इक साबका फौजी ने एक नौजवान आ उह दिखा रहे कहिंदे साडे पिंड दा ग्राउंड आ हांजी भाजी तुहाडा नाम की हैगा ਸਤਿਕਾਰ ਵੀਰ ਜੀ ਪਹਿਲਾਂ ਤੁਹਾਡਾ ਧੰਨਵਾਦ ਸਾਡੇ ਪਿੰਡ ਆ ਕੇ ਸਾਡੇ ਪਿੰਡ ਦੇ ਹਾਲਾਤ ਸਰਕਾਰ ਅੱਗੇ ਰੱਖਣ ਲਈ ਸਾਡਾ ਫਰਜ਼ ਹੈ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੀ ਭੁਪਿੰਦਰ ਸਿੰਘ ਆ ਜੀ ਭੁਪਿੰਦਰ ਸਿੰਘ ਹਾਂਜੀ ਤੁਸੀਂ ਸਾਬਕਾ ਫੌਜੀ ਹੋ ਹਾਂਜੀ ਭਾਈ ਜੀ ਕਹਿੰਦੇ ਹੁੰਦੇ ਜੈ ਜਵਾਨ ਜੈ ਕਿਸਾਨ ਤੇ ਜਵਾਨ ਤਾਂ ਖੇਤਾ ਆ ਗਰਾਊਂਡ ਦੇ ਵਿੱਚ ਐਦਾਂ ਜਿੱਦਾਂ ਦਰਿਆ 'ਚ ਵੜਿਆ ਹੁੰਦਾ ਉੱਥੇ ਕਿਸਾਨ ਦੀ ਵੀ ਫਤਿਹ ਹੋਈ ਪਈ ਆ ਹਾਂਜੀ ਵੀਰ ਜੀ ਪਾਣੀ ਸਾਡੇ
अज तो नहीं पहला तो आंदा जी वीर जी पानी ऐतकी इस बार पानी थोड़ा ज़्यादा आ गया हद तो ज़्यादा आ गया पानी जड़िया पहला सरकार ने ड्रेन ड्रून कढ़ी सी वो सही नहीं कढ़ी पिछों न सेव नाले दो आते हैं जी साढ़े पिंड को एक होता वो सही ढंग सफाई नहीं होंगी जी। नंबर दो गल जी आह स्कूल इमारत प्लस स्कूल का ग्राउंड का असी वोटों तो पहला इस ग्राउंड से स्कूल की असी वीडियो पाई सी भी जी हुण सरकार बनूगी सब तो पहला साढ़े स्कूल तो ग्राउंड बारे सोचा जाए तो नाल साढ़े जो पानी में साढ़े पिंड फसलां डुबदिया जी उन्हां बारे हल किया जाए करता फिर हल उन्होंने देखो कि सोना किश्तियां बनाओ फिर वेख लो नैट लग्या ऐसे मे ऐसे इतने नैट लग्या अच्छा ओ सॉरी आ दिखाओ माड़ा जिहा ये जी ग्राउंड यह है पंजाब के स्कूलों के ग्राउंड जिहड़े मीह पैण तो बाद इस तरह के हालात बन जाते हैं भी जिदा पानी के बनया शहर ज पानी के वसदा पिंड हो सामने एक घर हैगा जिंदे उरे तकड़ी का निशान है ये सारे डुबे है ये लखमीरी वाला पिंड दी ढाणियां भी डुबिया पिंड बहुत ज्यादा पानी है और बच्चे जेडे स्कूल के आने तो असमर्थ ने कहते ट्रैक्टर ट्राली के लद के फिर लैके आए जाते हैं तो यह स्कूल का ग्राउंड है वो नैट लग्या दिखा दो कि गुरु घर भी है गुरु घर का जो दाह भी जो है मीह पैन करके बंद हो गया अभी होर बई जी गलबात करा बई जी थोड़ा की नाम है मेरा नाम सिकंदर है जी सिकंदर जी कम बहुत ज्यादा खराब आ स्कूल तो दिखाओ माड़ा इधर घुमा दो प्लीज़ आ स्कूल तो मैंने किसी पास लगता ही नहीं पिंड के छप्पड़ भी हूँ तो सुख नाल जो है सरकार कहदियाँ भी सोने बनाते झीलों झूलों बना दिए तो पिंड का स्कूल छप्पड़ तो माड़ा बना कुछ नहीं गया जी साढ़े पांच साल तो आते हैं तीन क महीने पहला झूठे लारे लाते हैं भी स्कूल थोड़ा ए बना देंगे गुरद्वारा साहब न सड़क बन जूगी तो थोड़े पिंड सोना बहुत बन जूगा जदों वोटां लैके शाम नूं डब्बा लैके गड्डी च रख लैंदे आ डब्बे उदों बाद पांच साल साडे पिंड वार नहीं कोई विखाउंदा कोई भी लीडर आम आम आला कांग्रेस अकाली कोई नहीं वार विखाउंदा एक करां वोटां लैण ही आउंदे तीन महीने पहलां आउणगे हुण कहिंदी देखो हुण बाई हुणे हत्थ पा के चढ़न लगे ते कहिंदी हिल गई सारी देखो बुरजी मतलब ये खतरनाक है काम बहुत ज्यादा खतरनाक है जी घर डिगी जांदे आ गुरु गुरु घर तुसीं वेख्या ही है जी हालात बड़े बदबू भी बहुत है खैर इतने बहुत ज्यादा बदबू आ रही है स्कूल इतने निके निके जवाक आते हो ज्यादातर कहते इतने ना बच्चे जिदा पिंड जो मजदूर के बच्चे जो है पढ़ते हैं निरी बीमारी का घर है जी ये स्कूल बहुत ज्यादा बदबू भी है ਤਾਂ ਤੁਸੀਂ ਦੇਖੋ ਇੱਧਰ ਪਿੰਡ ਲਖਮੀਰੀਆਣਾ ਦਾ ਇਹ ਸਕੂਲ ਹੈ ਸਕੂਲ ਦਾ ਗਰਾਊਂਡ ਜਿਹੜਾ ਇੱਧਰਲੇ ਪਾਸੇ ਦਿਖਾ ਦਿਓ ਇੱਧਰ ਵੀ ਗੰਦਗੀ ਹੈ ਇੱਧਰ ਵੀ ਗੰਦਗੀ ਹੈਗੀ ਆ ਅਤੇ ਕਿੱਦਾਂ ਜਵਾਕ ਇੱਥੇ ਪੜ੍ਹਦੇ ਹੋਣਗੇ ਬਾਈ ਜੀ ਨਿਆਣੇ ਇੱਥੇ ਆਉਂਦੇ ਹੋਣਗੇ ਮਾਵਾਂ ਤਾਂ ਉਹਨਾਂ ਨੂੰ ਤਿਆਰ ਤੁਰ ਕਰਕੇ ਭੇਜਦੀਆਂ ਹੋਣਗੀਆਂ ਇੱਥੇ ਬਦਬੂ ਹੀ ਬੜੀ ਆ ਰਹੀ ਹੈ ਬਦਬੂ ਬਹੁਤ ਆਉਂਦੀ ਹੈ ਬੱਚੇ ਬਹੁਤ ਔਖੇ ਆ ਜੀ ਸਾਰਾ ਦਿਨ ਪੜ੍ਹਾਈ ਵੀ ਨਹੀਂ ਹੁੰਦੀ ਮੁਸ਼ਕ ਦੇ ਵਿੱਚ ਫਿਰ ਇਹ ਪਾਣੀ ਦਾ ਸੇਕ ਪੜਸੇ ਮਾਰਦਾ ਗਰਮੀ ਬਹੁਤ ਜ਼ਿਆਦਾ ਆਉਂਦੀ ਹੈ ਬੱਚਿਆਂ ਨੂੰ ਅਤੇ ਸਕੂਲ ਦੇ ਤੁਸੀਂ ਹਾਲਾਤ ਵੇਖੇ ਹੀ ਆ ਸਾਡੇ ਦੇ ਕੋਈ ਕਮਰੇ ਕਮਰੇ ਡਿੱਗੇ ਵੀ ਹੋਏ ਕਿੰਨੇ ਕਮਰੇ ਸਕੂਲ ਦੇ ਵਿੱਚ ਇਹ ਹੈਗੇ ਚਾਰ ਕਮਰੇ ਆ ਜੀ ਦੋ ਡਿੱਗੇ ਆ ਅੱਛਾ ਦੋ ਕਾਮਯਾਬ ਹੈ ਅੱਛਾ ਦੋ ਕਮਰੇ ਆ ਦੋ ਕਮਰੇ ਆ ਜੀ ਇੱਕ ਦੋ ਕਮਰੇ ਆ ਇਹਨਾਂ ਦੇ ਬੋਟ ਖਾਲੀ ਡਿੱਗੇ ਡੁਗੇ ਕਮਰੇ ਹਾਂਜੀ ਹਾਂਜੀ ਐਂ ਗੱਲ ਆ ਵੀਰ ਜੀ ਜਿਹੜੇ ਉਹ ਸਾਹਮਣੇ ਕਮਰੇ ਦੇਖ ਰਹੇ ਆ ਉਹਨਾਂ 'ਚ ਆਪਣੇ ਸਕੂਲ ਦਾ ਦਫ਼ਤਰ ਆ ਇੱਕ ਸਾਨੂੰ ਹਾਂਜੀ ਸਾਨੂੰ ਇੱਕ ਸਰਕਾਰ ਦੀ ਤੇ ਇੰਟਰਸਟਡ ਗੱਲ ਦੱਸਦਾ ਜਦੋਂ ਆਪਣੇ ਵੋਟਾਂ ਤੋਂ ਪਹਿਲਾਂ ਇੱਥੇ ਚੈੱਕ ਕਰਨ ਵਾਲੇ ਆਉਂਦੇ ਆ ਉਹ ਕਹਿੰਦੇ ਇਹ ਅਮੈਂਡਡ ਕਮਰੇ ਆ ਇਹਨਾਂ 'ਚ ਵੋਟਾਂ ਨਹੀਂ ਪੈ ਸਕਦੀਆਂ जवाक बह सकदे पढ़न जवाक वोटां लई सिर्फ आह एक कमरा सजा के रखिया जी पूरा हुण देख लो जी आ चक्कर जी दिखा दिओ ना आ चक्कर जी वोटां वेले वाहे होणे आ वोटां वेले वाहे आ जी आहा जी बाई जी असी आ वेख लो जी हवा जाने दा स्कूल है हवा महल ये स्कूल है साडा जी असी जी केजरीवाल अगे ही पहला रिक्वेस्ट की सी भी इतने बलजीत कौर जी आए थे असी आख्या जी भी साडे पिंड दा स्कूल जिवें दिल्ली वांगू कहिंदे सी उवें बना देंगे हुण असी वेट करी जांदे आ भी दिल्ली वांगू स्कूल साडे कदों बनूगा तुहाडा तां अफगानिस्तान तों भी टप गया तुसीं दिल्ली दी गल करदे हो हाँ जी बाई जी ਉਹੀ ਗੱਲ ਆ ਜੀ ਅਸੀਂ ਭਗਵੰਤ ਮਾਨ ਅੱਗੇ ਅਤੇ ਮੌਜੂਦਾ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਸਾਡੇ ਪਿੰਡ ਦੇ ਸਕੂਲ ਵੱਲੋਂ ਧਿਆਨ ਦਿੱਤਾ ਜਾਵੇ ਕਿਉਂਕਿ ਅਸੀਂ ਸਕੂਲ ਦੇ ਨਾਂ 'ਤੇ ਵੋਟਾਂ ਕੀਤੀਆਂ ਸੀਗੀਆਂ ਜੀ ਅਸੀਂ ਕਿਉਂਕਿ ਦੂਜੇ ਸਰਕਾਰਾਂ ਨੂੰ ਪਰਖਿਆ ਸੀ ਪਹਿਲਾਂ ਨਾ ਜਦੋਂ ਦੇਸ਼ ਆਜ਼ਾਦ ਹੋਇਆ ਇਹੀ ਸਕੂਲ ਆ ਸਾਡੇ ਮਾਂ ਬਾਪ ਬਾਹਰ ਪੜ੍ਹੇ ਆ ਸਾਡੇ ਪਿੰਡ ਜਿੰਨੇ ਮਾਂ ਬਾਪ ਸਾਰੇ ਬਾਹਰ ਪੜ੍ਹੇ ਆ ਜੀ ਅਸੀਂ ਬਾਹਰ ਪੜ੍ਹੇ ਹਾਂ ਸਾਡੇ ਬੱਚੇ ਬਾਹਰ ਪੜ੍ਹ ਰਹੇ ਆ ਅਤੇ ਅਸੀਂ ਨੌਕਰੀ ਕਰਕੇ ਰਿਟਾਇਰਮੈਂਟ ਹੋ ਗਏ ਲੇਕਿਨ ਸਾਡੇ ਪਿੰਡ ਦਾ ਸਕੂਲ ਉਹੀ ਪੰਜਵੀਂ ਦਾ ਪੰਜਵੀਂ 'ਤੇ ਖੜ੍ਹਾ ਆਹ ਦਿਖਾਇਓ ਬਾਈ ਕਮਰੇ ਆਹ ਕਮਰੇ ਦਿਖਾ ਦਿਓ ਇਹ ਦੋਨੇ ਕਮਰੇ ਕਹਿੰਦੇ ਇਹਨਾਂ ਨੂੰ ਨਾ ਵੋਟਾਂ ਵਾਲੇ ਨੇ ਕਹਿਤਾ ਸੀ ਵੀ ਇੱਥੇ ਵੋਟਾਂ ਨਹੀਂ ਪੈ ਸਕਦੀਆਂ ਕਿਉਂਕਿ ਇਹ ਖਤਰਨਾਕ ਆ ਕਮਰੇ ਮਤਲਬ ਪੁਰਾਣੇ ਆ ਖਸਤਾ ਹਾਲਤ ਆਹ ਸਕੂਲ ਦਾ ਮੇਨ ਦਫ਼ਤਰ ਸਾਡਾ ਜੀ ਆਹ ਸਕੂਲ ਦਾ ਮੇਨ ਦਫ਼ਤਰ ਆ ਜੀ
इतने मास्टर जी बैठ के डेली का अपना हैंडल करते हैं। असं धन्यवाद करते हैं। एक मास्टर खुंडे खुन्नल कलां तो है जी, एक मास्टर जी आए श्री मुक्तसर साहब तो डेली अपना आए जी, पर उन्होंने साडा पिंड का साथ नहीं छड्डिया। बी बच्चों का पूरा साथ देंगे, वो बेचारे इतने डेली बहेंदे आ, आपदे कोलों पैसे ला के उन्होंने एक टीचर रखे हुए आ, लड़की पिंड चो रखी हुई है, क्योंकि दो टीचर है जी, फिर भी अपना आपदे वालों पैसे दे के बेचारी नू कर रहे हैं, तनखाह दे के पैसे कर रहे, आपकी तनखाह चो बेचारे पैसे दे के फिर भी बच्चों नू पढ़ाई जाते हैं जी। तो बहुत आपकी तनखाह चो साडे स्कूल तो बहुत कुछ लाउंदे, पर सरकार तो कुछ नहीं कर रही जी। तो सरकार कहिंदे कुछ नहीं कर रही, चलो उदा तो यह तो गल, स्कूल बनना, नवा बनना, स्कूल अपग्रेड होना, यह लंबियां गल्लां ने, समा भी लगेगा। चलो मान लो सरकार अजे नवी नवी आई, कुछ दिन होया, पर जिहड़ा पानी वाला गंदगी आ, बाहर चार दुवारी डिगी हुई आ, बदबू आ, ये तो जल्दी हल होना चाहिए, यदा जल्दी हल होना चाहिए जी। ये तो हम बच्चों का बहुत जरूरी है, क्यों क्लासा व्डिया क्लासा लग जा बच्चों दियाँ, आ करके भी ये पानी पुनी का तो हल हो छेती जिन्ना भी छेती हो सकता है, पानी का हल होना चाहिए। तो एक होर बाई जी है, इन्होंने गल च पीला साफा भी पाया होया, क्योंकि आम आदमी पार्टी का रंग भी है, तुसी आपा दे वर्कर हो आप दे? नहीं जी, जे गल करनी हो भी पीले साफे नूं बहुत ये भुलेखे नाल कहा जांदा भी आम आदमी पार्टी का चिन्ह, असल च यह उस भगत सिंह की इनकलाबी लहर का चिन्ह आ, जिहड़ा कहिंदा सी इत्थे कुल लोक आ बराबर होने चाहिए, इंसान के हथों इंसान की लुट नहीं होनी चाहिए। इस आम आदमी पार्टी वालों ने, क्योंकि लोग जिन्ने कारपोरेट घराणियां दियां पक्खी सरकारां दियां नीतियां ने सताए हुए आ, तां लोकां ने भगत सिंह दे सुपनिआं दा राज असारन वास्ते जिहड़ियां लहरां बणाईआं होईआं, ते लोकां दी भगत सिंह दी विचारधारा नूं वरतन वास्ते, उस विचारधारा नूं वरत के गद्दियां हासिल करन वास्ते इन्हां ने झाड़ू वालिआं ने भी इह जिहड़ा भगत सिंह का बसंती रंग आ वह पा के लोगों को गुमराह करके गद्दी हासिल करने वास्ते वरत्या होया। इस वास्ते भगत सिंह के नाते इन्होंने गुमराह किया लोगों, असी कहने हैं भी जे भगत सिंह के नाते गुमराह ना किया हुंदा तां जिहड़ा भगवंत मान गद्दी तो जदों नहीं बैठा सी, ये कहिंदा सीगा कि दूजियां सियासी पार्टियां इन्हां टीचरां नूं नौकरियां नहीं दे रहियां, जदों साडी सरकार आ गई कोई धरने मजारे नहीं लगणगे, इन्हां टीचरां नूं नौकरियां मिलणगियां, तो असी आम लोगों के भले करांगे। तां असी दसना चाहुंदे आ कि इस आम आदमी पार्टी की सरकार ने जो पिछले साल गुलाबी सुंडी नाल नरमा मरिया सीगा उहदा मुआवजा किसानां मजदूरां नूं देण दी जिहड़ी गल कही सी, मुक्तसर जिले जदों मुआवजा नहीं मिलिया तां लगातार 5 दिन डीसी दफ्तर धरना ला के सूबा पद्धरा इकट्ठ करने बाद भगवंत मान मुख्यमंत्री ने मंग मनी सी मुक्तसर जिले में 55 करोड़ का जिहड़ा मुआवजा किसानां मजदूरां गुलाबी सुंडी वाला दिता जाऊगा, पर जिहड़ा मुआवजा सीगा ਉਹ 15 ਦਿਨਾਂ 'ਚ ਦੇਣ ਦੀ ਗੱਲ ਕਰਦੇ ਸੀ ਅਤੇ ਅੱਜ 4 ਮਹੀਨੇ ਬੀਤ ਗਏ ਉਹ ਮੁਆਵਜ਼ਾ ਹਜੇ ਤੱਕ ਨਾ ਕਿਸਾਨਾਂ ਨੂੰ ਮਿਲਿਆ ਨਾ ਮਜ਼ਦੂਰਾਂ ਨੂੰ ਮਿਲਿਆ ਅਤੇ ਹੁਣ ਵੀ ਪਿਛਲੇ ਦਿਨੀ ਜਦੋਂ ਭਗਵੰਤ ਮਾਨ CM ਸਾਹਿਬ ਪੰਨੀ ਵਾਲੇ ਆ ਕੇ ਕਹਿ ਗਏ ਵੀ ਹਰੇਕ ਦੇ ਓੜੇ ਓੜੇ ਦਾ ਜਿਹੜਾ ਹੈਗਾ ਅਸੀਂ ਗਰਦੌਰੀ ਕਰਕੇ ਮੁਆਵਜ਼ਾ ਦੇਵਾਂਗੇ ਅਤੇ ਉਹਨਾਂ ਨੇ ਮਜ਼ਦੂਰਾਂ ਬਾਰੇ ਜਿਹੜੇ ਆਮ ਆਦਮੀ ਦੀ ਗੱਲ ਕਰਦੇ ਸੀ ਮਜ਼ਦੂਰਾਂ ਬਾਰੇ ਇਹ ਨਹੀਂ ਕਿਹਾ ਵੀ ਮਜ਼ਦੂਰਾਂ ਦੇ ਘਰ ਢਹਿ ਗਏ ਆ ਉਹਨਾਂ ਦੇ ਸਰਵੇ ਕਰਾ ਕੇ ਅਸੀਂ ਗਰੰਟਾਂ ਦੇਵਾਂਗੇ ਉਹਨਾਂ ਨੂੰ ਇਹ ਨਹੀਂ ਫਿਕਰ ਸਰਕਾਰ ਨੂੰ ਕਿ ਜੇ ਆਹ ਜਿਹੜੇ ਨਿੱਤ ਦੀ ਦਿਹਾੜੀ ਕਰਕੇ ਖਾਣ ਵਾਲੇ ਮਜ਼ਦੂਰ ਹੈ ਵਿਹਲੇ ਬੈਠੇ ਆ ਤਾਂ ਰਾਸ਼ਨ ਦੇ ਦਿੱਤਾ ਜਾਊਗਾ ਅੱਜ ਜਦੋਂ ਵੱਡੀ ਪੱਧਰ 'ਤੇ ਬਹੁਤ ਸਾਰੀਆਂ ਮੰਗਾਂ ਹੈਗੀਆਂ ਨੇ ਤਾਂ ਉਹ ਜੀ ਤੁਹਾਨੂੰ ਸਕੂਲ ਦੀ ਚਾਰ ਦੀਵਾਰੀ ਦਿਖਾਤੀ ਹੈਗੀ ਤੁਹਾਨੂੰ ਹਾਲਾਤ ਦਿਖਾ ਦੇ ਲਖਮੀਰੇ ਨਾਲ ਇਹ ਨਹੀਂ ਹੈਗੀ ਕੋਈ ਬਹੁਤ ਪੁਰਾਣੀ ਹਾਲਤ ਆ ਇਹ ਸਿਰਫ ਮੀਂਹ ਕਰਕੇ ਮੀਂਹ ਤੋਂ ਬਾਅਦ ਜਿਹੜਾ ਹੈ ਇੱਥੇ ਕੋਈ ਸਾਫ਼ ਸਫਾਈ ਨਾ ਹੋਣ ਕਰਕੇ ਔਰ ਆਹ ਜਿਹੜਾ ਐਂਟਰੀ ਹੈਗੀ ਆ ਪਿੰਡ ਨੂੰ ਇਹ ਟਰੈਕਟਰ ਟਰਾਲੀ ਦੇ ਜਵਾਕਾਂ ਨੂੰ ਲੱਦ ਕੇ ਲਿਆਉਂਦੇ ਆ ਮਾਸਟਰਾਂ ਨੂੰ ਵੀ ਇਸੇ ਟਰਾਲੀ 'ਚ ਇਸ ਤਰ੍ਹਾਂ ਹੀ ਟਰੈਕਟਰਾਂ ਦੇ ਉੱਤੇ ਬਹਿ ਕੇ ਜਿਹੜਾ ਹੈਗਾ ਉਹ ਪਿੰਡ 'ਚ ਆਉਣਾ ਪੈਂਦਾ ਇੱਧਰ ਵੀ ਪਾਣੀ ਖਲੋਤਾ ਮੱਛਰ ਬਹੁਤ ਜ਼ਿਆਦੇ ਆ ਬਦਬੂ ਬਹੁਤ ਜ਼ਿਆਦੇ ਹੈਗੀ ਆ ਔਰ ਇਹਦਾ ਹੱਲ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਰਕਾਰ ਵੱਲੋਂ ਕੁਛ ਵੀ ਨਹੀਂ ਕੀਤਾ ਗਿਆ ਨਾ ਇੱਥੇ ਕੋਈ ਦਵਾਈ ਦਾ ਛਿੜਕਾਅ ਨਾ ਕੋਈ ਇੱਥੇ ਆਰਜੀ ਜਿਹੜਾ ਫਸਟ ਏਡ ਦਾ ਕੈਂਪ ਆਦਿਕ ਕੁਛ ਵੀ ਨਹੀਂ ਕੀਤਾ ਗਿਆ ਜਾਨਵਰ ਜਿਹੜੇ ਹੈਗੇ ਨੇ ਲੋਕਾਂ ਦੇ ਉਹ ਬਿਮਾਰ ਹੋ ਰਹੇ ਨੇ ਲਖਮੀਰੀਆਂ ਦੀ ਜਿਹੜੀ ਹਾਲਤ ਹੈਗੀ ਆ ਮੀਂਹ ਪੈਣ ਤੋਂ ਬਾਅਦ ਜਿਹੜੀ ਅਸੀਂ ਤੁਸੀਂ ਦੇਖ ਰਹੇ ਹੋ ਕੈਮਰਾ ਜਿਹੜਾ ਹੈਗਾ ਘੁਮਾ ਦਿਓ ਜੀ ਸਾਰੇ ਪਾਸੇ ਪਿੰਡ ਦਾ ਜਿਹੜਾ ਉਹ ਸਕੂਲ ਦਾ ਖੇਡ ਗਰਾਊਂਡ ਵੀ ਤੁਹਾਨੂੰ ਅਸੀਂ ਦਿਖਾਇਆ ਉਹ ਛੱਪੜ ਜਿਹੜਾ ਬਣਿਆ ਹੋਇਆ ਔਰ ਇਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਜਿਹੜਾ ਮੁੱਖ ਰਾਹ ਹੈਗਾ ਉਹ ਵੀ ਛੱਪੜ ਬਣਿਆ ਹੋਇਆ।